ਉੱਥੇ ਜਦੋਂ ਇਲੈਕਸ਼ਨ ਸੀ ਤਾਂ ਉੱਥੇ ਜਿਹੜੀ ਲੜਾਈ ਸੀਗੀ ਉਹ ਸਿਮਰਜੀਤ ਸਿੰਘ ਮਾਨ ਤੇ ਖਹਿਰੇ ਦੇ ਵਿੱਚ ਹੇਅਰ ਦਾ ਲੱਗੇ ਨਾਮ ਹੀ ਨਹੀਂ ਸੀ, ਪਰ ਇਹਨਾਂ ਦੀ ਖੇਡ ਤਾਂ ਪਹਿਲਾਂ ਖੇਡੀ ਹੋਈ ਸੀ ਨਾ। 3 ਸੀਟਾਂ ਜਿੱਤੇ, 2 ਸੀਟਾਂ ਤਾਂ ਜਿੱਤੇ 10,000 ਤੇ ਮਸਾਂ, ਤੇ ਇਹ 2.5 ਲੱਖ ਤੇ ਜਿੱਤਣ ਵਾਲਾ ਕਿੱਡਾ ਬਹੁਤ ਵੱਡਾ ਕੰਮ ਮੀਤ ਖੇਰ ਨੇ ਇੱਥੇ ਸੰਗਰੂਰ ਵਿੱਚ ਕੀਤਾ ਸੀ ਜੀ। ਮੇਰਾ ਸਵਾਲ ਹੈ, ਸਿਲੈਕਟ ਕੀਤੇ ਹੋਏ ਲੋਕਾਂ ਨੂੰ ਆਪਣੇ ਤਰੀਕੇ ਦੇ ਨਾਲ ਪ੍ਰੋਜੈਕਟ ਕਰਕੇ ਫਿਰ ਉਹ ਜਿਤਾਉਂਦੇ ਆ, ਫਿਰ ਉਹ ਜਾ ਕੇ ਇਹਨਾਂ ਦੀਆਂ ਬੋਲੀਆਂ ਬੋਲਦੇ ਆ, ਫਿਰ ਉਹਨਾਂ ਨੇ ਕਿਉਂ ਡਰੱਗਾਂ ਤੇ ਬੋਲਣਾ ਪਰ ਬਾਕੀ ਬੰਦੇ ਉਹਨਾਂ ਨੂੰ ਸੱਤਾ ਪਾਰਟੀ ਦਾ ਜੇ ਇੱਕ ਬੰਦਾ ਐਡੀ ਵੋਟ ਨਾਲ ਜਿੱਤ ਗਿਆ। ਨਹੀਂ, ਉਹੀ ਤਾਂ ਮੇਰਾ ਤਾਂ ਸਵਾਲ ਹੈ ਨਾ ਵੀ ਕਿਵੇਂ ਕਿਉਂ ਉੱਥੇ ਲੋਕ ਵੱਧ ਨਫ਼ਰਤ ਕਰ ਰਹੇ ਆ, ਉੱਥੇ ਲੋਕ ਤੁਹਾਨੂੰ 3 ਮਹੀਨੇ ਬਾਅਦ ਹਰਾ ਰਹੇ ਆ, ਉਸ ਤੋਂ ਬਾਅਦ 2.5 ਸਾਲ ਤੁਸੀਂ ਸਿਰੇ ਦਾ ਗੰਦ ਪਾ ਚੁੱਕੇ ਹੋ ਉੱਥੇ, ਫਿਰ ਉੱਥੇ ਵੋਟ ਕਿਉਂ ਪਾਉਣਗੇ ਜੀ। ਇਹ ਸਰਕਾਰ ਜਿਹੜੀ ਹੈਗੀ ਹੈ ਬਿਲਕੁਲ ਸੈਂਟਰ ਦੀਆਂ ਪਾਲਿਸੀਆਂ ਜਿਹੜੀਆਂ ਵੀ ਹੈਗੀਆਂ ਬੜੇ ਆਰਾਮ ਨਾਲ ਲਾਗੂ ਕਰ ਰਹੀ ਹੈ, ਪਿੱਛੇ ਬਿੱਲ ਆਏ, ਨਵੇਂ ਕਾਨੂੰਨ ਆਏ ਆ, ਕਿਤੇ ਕੋਈ ਬੋਲਿਆ ਕੁਛ ਕਹਿ ਤੇ ਇੱਥੇ ਕਮਾਲਵਿੰਦਰ ਮਾਲੀ ਹੈ, ਉਹ ਹਰ ਇੱਕ ਨੂੰ ਜਿਹੜਾ ਹੈਗਾ ਹਰ ਇੱਕ ਮੁੱਦੇ ਤੇ ਜਿਹੜਾ ਹੈਗਾ ਬੋਲਦਾ, ਕੋਈ ਸ਼ੱਕ ਨਹੀਂ ਹੈ। ਲੀਡਰਸ਼ਿਪ ਦਾ ਬੇੜਾ ਪਹਿਲਾਂ ਸਾਰੀ ਦਾ ਗਰਕ ਹੋ ਗਿਆ, ਤੇ ਜਿਹੜੀ ਨਵੀਂ ਪੈਦਾ ਹੋ ਰਹੀ ਹੈ ਜਿਹੜੀ ਹੁਣ ਠੀਕ ਹੈ ਉਹ ਉਦੋਂ ਵੀ ਖਤਰਨਾਕ ਪੈਦਾ ਹੋ ਰਹੀ ਹੈ। ਤਾਂ ਜਾਗੇ ਹੋਏ ਲੋਕਾਂ ਦਾ ਜਿਹੜੇ ਨਿਸ਼ਕਾਮ ਜਿਨ੍ਹਾਂ ਨੂੰ ਕੋਈ ਦਿੱਕਤ ਨਹੀਂ ਹੋਊ, ਜਿਨ੍ਹਾਂ ਨੂੰ ਕੋਈ ਲਾਲਚ ਨਹੀਂ ਹੋਣਗੇ, ਪਰ ਕੁਛ ਲੋਕ ਉੱਠਣਗੇ, ਤਾਂ ਫਿਰ ਉਮੀਦ ਕੀਤੀ ਜਾ ਸਕਦੀ। ਅੱਜ ਜਿਹੜੇ ਹਾਲਾਤ ਹੈ ਪੰਜਾਬ ਦੇ ਉਹ ਬਿਲਕੁਲ ਜਿਹੜੇ ਹੈਗੇ ਖਤਰਨਾਕ ਹੱਦ ਤੱਕ। ਤੇ ਤੁਹਾਡੀ ਫਿਰ ਰਾਜਨੀਤੀ ਤੋਂ ਤੌਬਾ ਤੁਸੀਂ ਨਹੀਂ? ਮੈਂ ਰਾਜਨੀਤੀ ਪਹਿਲਾਂ ਵੀ ਨਹੀਂ ਰਦਮ ਕੀਤੀ, ਉਹ ਰਾਜਨੀਤੀ ਥੋੜ੍ਹਾ ਹੈ, ਰਾਜਨੀਤੀ ਤਾਂ ਰਾਜ ਦੇ ਵਿੱਚ ਕਿਸੇ ਪਾਰਟੀ 'ਚ ਕੁਛ ਹੋਰ ਸਿਸਟਮ 'ਚ ਆਉਂਦੀ। ਮੈਂ ਤਾਂ ਇਕੱਲੇ ਬੰਦੇ ਨੇ ਆਪਣੀ ਮਤਲਬ ਕੋਸ਼ਿਸ਼ ਕੀਤੀ। ਗੁਰਦੇਵ ਸਿੰਘ ਕੌਂਕੇ ਦਾ ਮੁੱਦਾ ਕਿੱਧਰ ਗਿਆ ਜੀ? ਅੱਜ ਕਿਸੇ ਨੇ ਜ਼ਿਕਰ ਕਿਉਂ ਨਹੀਂ ਕੀਤਾ ਉਹਦਾ? ਡਰੱਗ ਦਾ ਮੁੱਦਾ ਤੁਸੀਂ ਕਿਉਂ ਨਹੀਂ ਜ਼ਿਕਰ ਕਰਦੇ? ਕਿਉਂਕਿ ਜਿਹੜਾ ਮਜੀਠੀਆ ਹੈਗਾ ਉਹਦਾ ਨਾਮ ਹੈ ਵਿੱਚ, ਤੇ ਤੁਸੀਂ ਇੱਕ ਤਰੀਕੇ ਨਾਲ ਤਾਂ ਲੜ ਰਹੇ ਹੋ, ਉਸੇ ਬਾਰੇ ਤੁਸੀਂ ਬੋਲ ਨਹੀਂ ਰਹੇ। ਉਦੋਂ ਫਿਰ ਸਿਸਟਮ ਇਹ ਵੀ ਗੱਲ ਕਹਿੰਦਾ ਵੀ ਸਾਡੇ ਖਿਲਾਫ ਤੇ ਤਾਣਾ ਬੁਣਿਆ ਜਾ ਰਿਹਾ ਕਿਉਂਕਿ ਅਸੀਂ ਇੱਕ ਸਹੀ ਕੰਮ ਕਰ ਰਹੇ ਹਾਂ। ਸੈਂਟਰ ਦੇ ਵਿੱਚ ਜਿਸ ਤਰ੍ਹਾਂ ਦੀ ਸਰਕਾਰ ਬਣੀ ਹੈ ਜਿਵੇਂ ਵੀ ਹੈ, ਅੱਜ ਬਿਲਕੁਲ ਬੀਜੇਪੀ ਫਿਰ ਸਟਰੋਂਗ ਦਿਖਾਈ ਦੇ ਰਹੀ ਹੈ ਉੱਥੇ, ਜੋ ਉਹਨਾਂ ਨੇ ਮੇਨ ਇੰਪੋਰਟੈਂਟ ਜਿਹੜੇ ਡਿਪਾਰਟਮੈਂਟ ਸੀ ਸਾਰੇ ਰੱਖੇ, ਇੱਥੇ ਕੋਈ ਮਜ਼ਬੂਤੀ ਨਾਲ ਚੱਲ ਰਿਹਾ ਨਾ ਸਭ ਕੁਛ। ਜੇ ਚੱਲ ਰਿਹਾ ਤਾਂ ਫਿਰ ਪੰਜਾਬ ਤਾਂ ਆਉਣ ਵਾਲੇ ਸਮੇਂ ਦਾ ਬਹੁਤ ਵੱਡਾ ਇੱਕ ਅਖਾੜਾ ਬਣ ਜਾਣਾ ਇੱਥੇ, ਕਿਉਂਕਿ ਬੀਜੇਪੀ ਨੂੰ ਸੀਟ ਕੋਈ ਨਹੀਂ ਮਿਲੀ ਪਰ ਵੋਟ ਤਾਂ ਪਈ ਹੈ ਨਾ, ਥੋੜ੍ਹੀ ਹੈ। ਅਕਾਲੀ ਦਲ ਕੋਲ 13 ਰਹੇਗੀ। ਇਹ ਮੰਨਦੇ ਹੋ ਵੀ ਜੇ ਆਪੋਜੀਸ਼ਨ ਸਟਰੋਂਗ ਹੋਵੇ ਤਾਂ ਬਹੁਤ ਸਾਰੀਆਂ ਚੀਜ਼ਾਂ, ਜਿਵੇਂ ਹੁਣ ਸੈਂਟਰ ਦੇ ਵਿੱਚ ਰਾਹੁਲ ਗਾਂਧੀ ਦਾ ਉਭਾਰ ਹੋਇਆ ਜਾਂ ਜਿਹੜੀਆਂ ਉਹ ਚੀਜ਼ਾਂ? ਆਪੋਜੀਸ਼ਨ ਕਿਤੇ ਨਹੀਂ ਹੈਗੀ ਇੰਡੀਆ ਦੇ ਵਿੱਚ, ਨਾ ਆਪਣੀ ਸਟੇਟ ਵਿੱਚ ਹੈਗੀ ਨਾ ਮੁਲਕ ਵਿੱਚ ਹੈਗੀ। ਇਹ ਉਹ ਆਪਸ਼ਨ ਚੁਣੀ ਹੋਈ ਹੈ ਜਿਹੜੀ ਸਿਸਟਮ ਨੇ, ਠੀਕ ਹੈ, ਇਹ ਖੜਾ ਕਰਨ ਵਾਸਤੇ ਅਲਿਊਜ਼ਨ ਹੈ। ਕੀ ਹਾਲ ਹੈ ਤੁਹਾਡੇ ਕੋਲ? ਅੱਜ ਇੱਕ ਆਈਸ ਨਾਂ ਦਾ ਨਵਾਂ ਹੁਣ ਆ ਗਿਆ, ਇਹ ਚਿੱਟੇ ਆ ਗਏ, ਇਹਨਾਂ ਵਾਸਤੇ ਤੁਹਾਡੇ ਕੋਲ ਗੋਲੀਆਂ ਤਾਂ ਹੈਗੀਆਂ ਗੌਰਮੈਂਟ ਕੋਲ ਜ਼ਹਿਰ ਦੀਆਂ ਦੇਣ ਵਾਸਤੇ, ਤੇ ਕੋਈ ਤੁਹਾਨੂੰ ਇਹ ਨਹੀਂ ਕਹਿ ਸਕਦੇ ਕਿ ਭਾਈ ਥੋੜ੍ਹਾ ਆਪਦਾ ਮੰਜੇ ਜੀ ਨਹੀਂ ਜਗ੍ਹਾ ਪੋਸਟ ਬੀਜ ਕੇ ਬੱਚੇ ਬਚਾ ਲਓ ਆਪਣੇ। ਪਰ ਜਿਹੜੀਆਂ ਜਥੇਬੰਦੀਆਂ ਕੰਮ ਕਰਦੇ ਨੇ ਕਿਸਾਨ ਜਥੇਬੰਦੀਆਂ ਜਾਂ ਹੋਰ ਜਥੇਬੰਦੀਆਂ ਹੈਗੀਆਂ, ਉਹ ਤੁਹਾਨੂੰ ਲੱਗਦਾ ਵੀ ਸਹੀ ਹੋਊ? ਨਹੀਂ ਜੀ ਨਹੀਂ, ਮੈਨੂੰ ਤੁਸੀਂ ਨਾ ਬੁਲਾਓ, ਠੀਕ ਹੈ, ਬਹੁਤ ਤਕਲੀਫ ਹੁੰਦੀ ਲੋਕਾਂ ਨੂੰ ਮੇਰੇ ਤੋਂ। ਬਹੁਤ ਸਾਰੇ ਲੋਕ ਜਿਹੜਾ ਕਿਸੇ ਦਾ ਕੁਛ ਫਲਾ ਵੀ ਹੁੰਦਾ ਹੀ ਹੋਊਗਾ, ਲੀਡਰਾਂ ਦਾ ਹੁੰਦਾ, ਜਿਹੜੇ ਵੀ ਲੀਡਰ ਉਹਨਾਂ ਦਾ ਭਲਾ ਹੁੰਦਾ, ਉਹਨਾਂ ਤਾਂ ਮਜ਼ਦੂਰਾਂ ਦਾ ਇਕੱਠ ਹੁੰਦਾ, ਭੱਠੇ ਵਾਲਿਆਂ ਦੀ ਮਤਲਬ ਹੈਗੀ ਹੈ, ਲੇਬਰ ਹੈ, ਪੱਲੇਦਾਰ ਯੂਨੀਅਨ ਹੈ, ਤੇ ਜਿਹੜੇ ਲੀਡਰ ਇਹਨਾਂ ਦੇ ਫਰਜ਼ ਹੁੰਦਾ ਦੇ ਆਉਂਦੇ। ਪਬਲਿਕ ਜਿਹੜੀ ਹੈਗੀ ਦੋਨਾਂ ਪਾਸੇ ਸ਼ਿਕਾਰੀਆਂ ਵਿੱਚ ਫਸੀ ਹੋਈ ਹੈ, ਜਿਹੜੇ ਰਾਖੇ ਲੱਗਦੇ ਵੇਖਣ ਨੂੰ ਉਹ ਵੀ ਸ਼ਿਕਾਰੀ ਹੈ, ਜਿਹੜੇ ਲੁੱਟਣ ਵਾਲੇ ਲੱਗਦੇ ਉਹ ਤਾਂ ਹੈਗੇ ਹੀ ਦੱਸਦੇ ਹੀ ਹੈ। ਸਤਿ ਸ਼੍ਰੀ ਅਕਾਲ ਜੀ, ਕੁਝ ਵੱਖਰਾ ਸੁਣ ਤੇ ਦੇਖਣ ਦੇ ਲਈ ਡਾਊਨਲੋਡ ਕਰੋ ਤੁਹਾਡੀ ਆਪਣੀ ਐਪ। ਸਤਿ ਸ਼੍ਰੀ ਅਕਾਲ ਜੀ, ਮੈਂ ਰਤਨਦੀਪ ਸਿੰਘ ਤਾਲੀਵਾਲ। ਲੋਕ ਸਭਾ ਇਲੈਕਸ਼ਨਾਂ ਦੇ ਵਿੱਚ ਬਹੁਤ ਸਾਰੇ ਚਿਹਰੇ ਸਾਨੂੰ ਦੇਖਣ ਨੂੰ ਮਿਲੇ, ਕੁਝ ਜਿੱਤੇ, ਕੁਝ ਹਾਰੇ, ਪਰ ਉਹਨਾਂ ਚਿਹਰਿਆਂ ਦੇ ਵਿੱਚੋਂ ਇੱਕ ਅਜਿਹਾ ਚਿਹਰਾ ਜਿਹੜਾ ਹਰ ਇੱਕ ਮੁੱਦੇ ਦੇ ਉੱਤੇ ਬੋਲਦਾ ਸੀ, ਬੜੇ ਨਿਧੜਕ ਬੋਲ ਸੀ, ਪਰ ਬਹੁਤ ਵੋਟਾਂ ਦੇ ਨਾਲ ਜਾਂ ਆਪਾਂ ਕਹਿ ਦਈਏ ਵੀ ਕੁਛ ਕੁ ਵੋਟਾਂ ਦੇ ਨਾਲ ਪਿੱਛੇ ਰਹਿ ਗਏ ਜਾਂ ਕੁਛ ਕੁ ਵੋਟਾਂ ਹੀ ਪੰਨਾ ਬਲਵਿੰਦਰ ਸਿੰਘ ਸਿੱਖੋਂ, ਜਿਹੜੇ ਸੰਗਰੂਰ ਤੋਂ ਉਮੀਦਵਾਰ ਸੀ, ਸਾਬਕਾ DSP ਨੇ, ਉਹ ਆਪਣੀ ਹਾਰ ਤੋਂ ਬਾਅਦ ਇਲੈਕਸ਼ਨ ਮਤਲਬ ਪੋਲੀਟਿਕਸ ਤੋਂ ਆਉਣ ਤੋਂ ਬਾਅਦ ਇਲੈਕਸ਼ਨ ਲੜਦੇ ਨੇ। ਪਹਿਲਾ ਇੰਟਰਵਿਊ ਆ ਇਹ, ਇਹਦੇ ਵਿੱਚ ਇਲੈਕਸ਼ਨ ਬਾਰੇ ਵੀ ਅਸੀਂ ਗੱਲਬਾਤ ਕਰਾਂਗੇ, ਖਾਸ ਤੌਰ ਦੇ ਉੱਤੇ ਜਿਹੜੇ ਮੁੱਦੇ ਦੇ ਉੱਤੇ ਉਹ ਬੇਬਾਕੀ ਦੇ ਨਾਲ ਬਹੁਤ ਲੰਬੇ ਸਮੇਂ ਤੋਂ ਬੋਲ ਰਹੇ ਆ, ਡਰੱਗ ਦੇ ਮੁੱਦੇ ਦੇ ਉੱਤੇ, ਡਰੱਗ ਦੇ ਉੱਤੇ ਵੀ ਸਾਡੀ ਵਿਚਾਰ ਚਰਚਾ ਰਹੂਗੀ। ਸੇਖੋਂ ਸਾਹਿਬ ਸਵਾਗਤ ਹੈ ਜੀ, ਸਤਿ ਸ਼੍ਰੀ ਅਕਾਲ। ਬਹੁਤ ਧੰਨਵਾਦ ਰਤਨ ਜੀ। ਜੀ ਸੇਖੋਂ ਸਾਹਿਬ, ਕਿਵੇਂ ਜੀ? ਤੁਸੀਂ ਤਾਂ ਜਮਾਂ ਹੁਣ ਛੱਡਤਾ ਜੀ, ਉੱਧਰੋਂ ਛੱਡ ਦਿੱਤਾ ਗਾ, ਇੱਥੇ ਪਹਾੜਾਂ 'ਚ ਆ ਕੇ ਬਹਿ ਗਏ ਤੁਸੀਂ? ਨਹੀਂ, ਛੱਡ ਦੇਣਾ ਇੱਕ ਹੋਰ ਗੱਲ ਹੁੰਦੀ ਹੈ, ਕੁਛ ਜਾਣਕਾਰੀਆਂ ਤੁਹਾਡੀਆਂ ਵੱਡੀਆਂ ਹੋ ਜਾਣੀਆਂ ਹੋਰ ਵੱਖਰੀ ਗੱਲ ਹੁੰਦੀ ਹੈ। ਤਾਂ ਜਾਣਕਾਰੀ ਬਹੁਤ ਹੋਈ, ਤੁਸੀਂ ਹੁਣੇ ਜਿਵੇਂ ਦੱਸ ਰਹੇ ਸੀ ਵੀ ਇਲੈਕਸ਼ਨ ਦੇ ਵਿੱਚ ਹਾਰ ਜਿੱਤ ਤਾਂ ਹੁੰਦੀ ਜੇ ਲੜਾਈ ਹੋਈ ਹੋਵੇ ਤਾਂ,
ਤਾਂ ਮਤਲਬ ਮੈਂ ਤਾਂ ਪਹਿਲਾਂ ਹੀ ਕਿਹਾ ਸੀਗਾ ਇਲੈਕਸ਼ਨ ਦੇ ਵਿੱਚ, ਆਮ ਤੌਰ 'ਤੇ ਕਿਹਾ ਗਿਆ ਸੀ ਕਿ ਮੇਰੇ ਵੱਲੋਂ ਕਿ ਮੈਂ ਇਲੈਕਸ਼ਨ ਜਿੱਤਣ ਵਾਸਤੇ ਜਾਂ ਕੋਈ ਆਪਣੇ ਆਪ ਨੂੰ ਬਹੁਤ ਵੱਡੀ ਗੱਲ ਵਿਖਾਉਣ ਵਾਸਤੇ ਨਹੀਂ ਲੜ ਰਿਹਾ, ਮੈਂ ਤਾਂ ਸਿਰਫ ਪੰਜਾਬ ਪਾਰਟੀਆਂ ਦੇ ਚਿਹਰੇ ਵਿਖਾਉਣ ਵਾਸਤੇ ਕਰ ਲੜ ਰਿਹਾ। ਜਿਹੜਾ ਸਿਸਟਮ ਜਿਹੜਾ ਹੈਗਾ ਸਾਰਾ ਦਾ ਸਾਰਾ ਬੇੜਾ ਗਰਕ ਹੋਇਆ ਹੋਇਆ ਹਰ ਪੱਖ ਤੋਂ, ਉਹਦੇ 'ਤੇ ਗੱਲ ਕਰਦਾ ਜਿਹੜੀ ਕਿ ਕੋਈ ਨਹੀਂ ਕਰਦਾ, ਖਾਸ ਤੌਰ 'ਤੇ ਡਰੱਗ ਦੀ ਆਪਾਂ ਗੱਲ ਕਰ ਲਈਏ। ਤਾਂ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਜਿਹੜੀਆਂ ਲੋਕਾਂ ਦੇ ਵਿੱਚ ਜਿੱਥੋਂ ਤੱਕ ਗਈਆਂ, ਲੋਕਾਂ ਨੇ ਜੋ ਉਹਦਾ ਰੀਐਕਸ਼ਨ ਕੀਤਾ, ਉਹ ਜੋ ਸਾਹਮਣੇ ਦਿਖਾਈ ਦਿੱਤਾ, ਉਹ 'ਚ ਬਹੁਤ ਕੁਛ ਫਰਕ ਹੈ, ਬਹੁਤ ਕੁਛ ਸਿੱਖਣ ਨੂੰ ਮਿਲਿਆ। ਮੈਨੂੰ ਕੋਈ ਗਿਲਾ ਨਹੀਂ ਹੈਗਾ ਕਿ ਮੈਨੂੰ ਉੱਥੇ ਵੋਟ ਜਿਹੜੀ ਹੈਗੀ ਘੱਟ ਪਈ ਹੈ, ਵੋਟ ਘੱਟ ਦਿਖਾਈ ਦਿੰਦੀ ਹੈ, ਬਹੁਤ ਲੋਕਾਂ ਨੇ ਵੋਟ ਪਾਈ ਹੈ। ਉਹ ਇੱਕ ਵੱਖਰਾ ਵਿਸ਼ਾ, ਮੈਂ ਇਸ 'ਤੇ ਅੱਜ ਡਿਟੇਲ 'ਚ ਜਾਵਾਂ ਤਾਂ ਹਰ ਕੋਈ ਗੱਲ ਕਰਦਾ ਕਿ ਮਤਲਬ ਇਹ ਮਤਲਬ ਆਪਣੇ ਪੱਖ 'ਚ ਗੱਲ ਕਰਦੇ, ਠੀਕ ਹੈ ਜੋ ਹੈਗਾ ਸੀ, ਮੈਂ ਜੋ ਚਾਹੁੰਦਾ ਸੀ ਉਹ ਮੈਂ ਪੂਰਾ ਕਰਨ ਵਿੱਚ ਸਫਲ ਰਿਹਾ, ਪਰ ਮੈਂ ਉਹਦਾ ਜਿਹੜਾ ਰਿਜ਼ਲਟ ਵੇਖਿਆ ਉਹ ਇਹ ਹੈ ਕਿ ਸਿਲੈਕਸ਼ਨ ਜਿਹੜੀ ਹੈਗੀ ਆ ਉਹ ਜ਼ਰੂਰੀ ਹੈ ਜੇ ਤੁਸੀਂ ਇਲੈਕਸ਼ਨ ਲੜਨਾ। ਬਿਨਾਂ ਸਿਲੈਕਸ਼ਨ ਤੋਂ ਕਿਸੇ ਇਲੈਕਸ਼ਨ ਦਾ ਕੋਈ ਫਾਇਦਾ ਨਹੀਂ, ਜੇ ਤੁਸੀਂ ਨਹੀਂ ਰਾਜਨੀਤੀ 'ਚ ਜਾਣਾ ਚਾਹੁੰਦੇ ਹੋ ਜਾਂ ਤੁਸੀਂ ਇਸ ਖੇਡ ਦੇ ਵਿੱਚ ਸ਼ਾਮਿਲ ਹੋਣਾ ਚਾਹੁੰਦੇ ਹੋ। ਸਿਲੈਕਸ਼ਨ ਕਾਹਦੀ? ਸਿਲੈਕਸ਼ਨ ਕਿਸੇ ਪਾਰਟੀ ਵਿੱਚ ਵੜੋਗੇ, ਕਿਸੇ ਸਿਸਟਮ ਦਾ ਹਿੱਸਾ ਹੋਵੋਗੇ, ਕੋਈ ਪਿੱਛੇ ਪਿੱਠ 'ਤੇ ਚਾਹੁੰਦਾ ਹੋਊਗਾ ਤੁਹਾਨੂੰ ਉਭਾਰਨਾ, ਉਹ ਹੈ ਸਿਲੈਕਸ਼ਨ। ਉਹ ਭਾਵੇਂ ਤੁਸੀਂ ਏਜੰਸੀਆਂ ਦੇ ਬੰਦੇ ਕਰਕੇ ਕਹਿ ਲਓ, ਭਾਵੇਂ ਪਾਰਟੀਆਂ ਕਹਿ ਲਓ, ਇਹ ਸਾਰੇ ਦਾ ਸਾਰਾ ਤਾਣਾ ਬਾਣਾ ਨੈੱਟਵਰਕ ਜਿਹੜਾ ਹੈਗਾ, ਇਸ ਤੋਂ ਬਾਹਰ ਜਿਹੜਾ ਹੈਗਾ ਬਾਹਰ ਜਾ ਕੇ ਨਹੀਂ ਜਾਇਆ ਜਾ ਸਕਦਾ। ਤੁਹਾਡਾ ਅਗਲਾ ਸਵਾਲ ਮੈਂ ਹੀ ਕਹਿੰਦਾ ਕਿ ਇਹ ਹੋਊਗਾ, ਫਿਰ ਤੁਸੀਂ ਕਹੋਗੇ ਵੀ ਆਜ਼ਾਦ ਬੰਦੇ ਕਿਵੇਂ ਜਿੱਤ ਗਏ। ਆਜ਼ਾਦ ਜਿੱਤਣ ਦਾ ਹੋਕਾ ਤਾਂ ਦਿੱਤਾ ਬਲਵਿੰਦਰ ਸਿੰਘ ਸੇਖੋਂ ਨੇ, ਇਹਦਾ ਮਤਲਬ ਹੋਕਾ ਖਡੂਰ ਸਾਹਿਬ ਨੇ ਸੁਣਾਈ ਦਿੱਤਾ, ਉਹ ਹੋਕਾ ਫਰੀਦਕੋਟ ਸੁਣਾਈ ਦਿੱਤਾ, ਉਹ ਸੰਗਰੂਰ ਕਿਉਂ ਸੁਣਾਈ ਦਿੱਤਾ? ਉਹ ਇੱਕ ਵੱਖਰੀ ਖੇਡ ਹੈ, ਡੂੰਘੀ ਹੈ। ਮੈਂ ਇਸ ਗੱਲ 'ਚ ਹੁਣ ਬੜਾ ਡਿਟੇਲ 'ਚ ਨਹੀਂ ਜਾਣਾ ਚਾਹੁੰਦਾ ਕਿ ਉਹ ਜਿੱਤਾਂ ਜਿਹੜੀਆਂ ਹੈਗੀਆਂ ਸੀਗੀਆਂ ਉਹਨਾਂ ਦੇ ਪਿੱਛੇ ਕੀ ਰਾਮ ਕਹਾਣੀ ਹੈ, ਕਿਸ ਤਰੀਕੇ ਨਾਲ ਮਤਲਬ ਇੱਕ ਹਾਈਪ ਬਣਾ ਕੇ ਕੁਛ ਚੀਜ਼ਾਂ ਨੂੰ ਵੱਡੀਆਂ ਕਰਕੇ ਫਿਰ ਉਹਦੇ ਜਿਹੜੇ ਰਿਜ਼ਲਟ ਵਿਖਾਉਣ ਵਾਸਤੇ ਸਾਹਮਣੇ ਆਉਂਦੇ ਆ। ਜਿਵੇਂ ਕਿ ਆਪਾਂ ਸੰਗਰੂਰ ਦੀ ਰਿਜ਼ਲਟ ਦੀ ਗੱਲ ਕਰ ਲੈਂਦੇ ਹਾਂ, ਉੱਥੇ ਜਦੋਂ ਇਲੈਕਸ਼ਨ ਸੀ ਤਾਂ ਉੱਥੇ ਜਿਹੜੀ ਲੜਾਈ ਸੀਗੀ ਉਹ ਸਿਮਰਜੀਤ ਸਿੰਘ ਮਾਨ ਅਤੇ ਖਹਿਰੇ ਦੇ ਵਿੱਚ ਸੀ, ਹੇਅਰ ਦਾ ਤਾਂ ਕਿਤੇ ਨਾਮ ਹੀ ਨਹੀਂ ਸੀ, ਕਿਸੇ ਵੀ ਕਿਸੇ ਅਨੈਲਿਸਿਸ ਦੇ ਵਿੱਚ ਕਿਸੇ ਉੱਤੇ ਹੇਅਰ ਦਾ ਨਾਮ ਹੀ ਨਹੀਂ ਆਉਂਦਾ ਸੀਗਾ। ਹਾਂ ਇੱਜ਼ਤ ਦਾ ਸਵਾਲ ਹੈ ਜੀ, ਵਕਾਰ ਹੈ ਜੀ, ਸੰਗਰੂਰ ਸੀਟ ਹੈ ਜੀ, ਰਾਜਧਾਨੀ, ਇਹ ਗੱਲ ਚੱਲਦੀ ਸੀਗੀ। ਪਰ ਇਹਨਾਂ ਦੀ ਖੇਡ ਤਾਂ ਪਹਿਲਾਂ ਖੇਡੀ ਹੋਈ ਸੀ ਨਾ, 3 ਸੀਟਾਂ ਜਿੱਤੇ ਹੈ, 2 ਸੀਟਾਂ ਤਾਂ ਜਿੱਤੇ 10,000 ਅਤੇ ਮਸਾਂ, ਅਤੇ ਇਹ 2.5 ਲੱਖ 'ਤੇ ਜਿੱਤਣ ਵਾਲਾ ਕਿੱਡਾ ਬਹੁਤ ਵੱਡਾ ਕੰਮ ਮੀਤ ਹੇਅਰ ਨੇ ਇੱਥੇ ਸੰਗਰੂਰ ਵਿੱਚ ਕੀਤਾ ਸੀ ਜੀ। ਮੇਰਾ ਸਵਾਲ ਹੈ ਇੱਕ, ਠੀਕ ਹੈ, ਇਹ ਸਵਾਲ ਜਿਹੜੇ ਹੈਗੇ ਸਭ ਦੇ ਲੋਕਾਂ ਦੇ ਆਮ ਲੋਕਾਂ ਨੂੰ ਪਤਾ ਹੋਣੇ ਚਾਹੀਦੇ ਕਿ ਤੁਹਾਡੀ ਵੋਟ ਜਿਹੜੀ ਹੈਗੀ ਹੈ, ਜੋ ਡਰਾਮਾ ਕੀਤਾ ਜਾਂਦਾ ਵੋਟਾਂ ਦੇ ਨਾਮ 'ਤੇ, ਇਹ ਬਹੁਤ ਵੱਡੀ ਖੇਡ ਹੈ। ਇਹ ਬਿਲਕੁਲ ਜਿਹੜਾ ਹੈਗਾ ਇਹ ਲੋਕ ਰਾਜ ਜਿਹੜਾ ਆਪਾਂ ਦਿਖਾਈ ਦਿੰਦੀ ਡੈਮੋਕ੍ਰੇਸੀ ਹੈ ਉਹਦਾ ਬਿਲਕੁਲ ਦੂਜਾ ਰੂਪ ਹੈ। ਇਹ ਸਿਲੈਕਟ ਕੀਤੇ ਹੋਏ ਲੋਕਾਂ ਨੂੰ ਆਪਣੇ ਤਰੀਕੇ ਦੇ ਨਾਲ ਪ੍ਰੋਜੈਕਟ ਕਰਕੇ ਫਿਰ ਉਹ ਜਿਤਾਉਂਦੇ ਆ, ਫਿਰ ਉਹ ਜਾ ਕੇ ਇਹਨਾਂ ਦੀਆਂ ਬੋਲੀਆਂ ਬੋਲਦੇ ਆ, ਫਿਰ ਉਹਨਾਂ ਨੇ ਕਿਉਂ ਡਰੱਗਾਂ 'ਤੇ ਬੋਲਣਾ। ਹੁਣ ਤੁਸੀਂ MP ਦੇਖ ਰਹੇ ਹੋ ਅੱਜ ਕੱਲ੍ਹ ਜਿਹੜੇ ਨਵੇਂ ਗਏ ਹੈਗੇ ਆ, ਕੋਈ ਕਹਿੰਦਾ ਸਾਡਾ ਕੇਜਰੀਵਾਲ ਛੱਡ ਦਿਓ, ਕੋਈ ਆਪਣੇ ਉਹ ਏਜੰਡੇ ਲੈ ਕੇ ਪੰਜਾਬ ਦੇ ਡਰੱਗ ਦੀ ਗੱਲ ਉੱਥੇ ਕਿਸੇ ਨੇ ਕੀਤੀ ਹੈਗੀ? ਤਾਂ ਇਸ ਕਰਕੇ ਉਹ ਲੋਕ ਜਿਹੜੇ ਸਿਸਟਮ ਦੇ ਖਿਲਾਫ ਲੜਨਾ ਚਾਹੁੰਦੇ ਆ, ਪਰ ਬਾਕੀ ਬੰਦੇ ਉਹਨਾਂ ਨੂੰ ਸੱਤਾ ਤੇ ਪਾਰਟੀ ਦਾ ਜੇ ਇੱਕ ਬੰਦਾ ਐਡੀ ਵੋਟ ਨਾਲ ਜਿੱਤ ਗਿਆ ਤਾਂ ਨਹੀਂ ਨਹੀਂ ਹੋਈ ਤਾਂ ਮੇਰਾ ਤਾਂ ਸਵਾਲ ਹੈ ਨਾ ਵੀ ਕਿਉਂ ਉੱਥੇ ਲੋਕ ਵੱਧ ਨਫ਼ਰਤ ਕਰ ਰਹੇ ਆ, ਉੱਥੇ ਲੋਕ ਤੁਹਾਨੂੰ 3 ਮਹੀਨੇ ਬਾਅਦ ਹਰਾ ਰਹੇ ਆ, ਉਸ ਤੋਂ ਬਾਅਦ 2.5-2 ਸਾਲ ਤੁਸੀਂ ਸਿਰੇ ਦਾ ਗੰਦ ਪਾ ਚੁੱਕੇ ਹੋ ਉੱਥੇ, ਫਿਰ ਉੱਥੇ ਵੋਟ ਕਿਉਂ ਪਾਉਣਗੇ ਜੀ? ਇਸ ਕਰਕੇ ਪਹਿਲਾਂ ਵੀ ਖੇਡ ਸੀ ਜਿਹੜੀ ਸੀਗੀ ਉਹ ਸਿਮਰਜੀਤ ਸਿੰਘ ਮਾਨ ਨੂੰ ਜਿਤਾਉਣ ਦੇ ਪਿੱਛੇ ਕੀ ਸੀ ਲੰਬੀ, ਆਪਾਂ ਉਹਨਾਂ ਡਿਟੇਲਾਂ 'ਚ ਨਹੀਂ ਜਾਣਾ। ਸਾਰੀਆਂ ਖੇਡਾਂ ਜਿਹੜੀਆਂ ਹੈਗੀਆਂ ਸਿਮਰਜੀਤ ਸਿੰਘ ਮਾਨ ਵਰਗੇ ਬੰਦੇ 50 ਸਾਲਾਂ ਤੋਂ ਖੇਡਾਂ ਦੇ ਹਿੱਸੇ ਨੇ, ਤਾਂ ਆਪਣਾ ਇੱਕ ਪੂਰੇ ਦਾ ਪੂਰਾ ਸਿਸਟਮ ਬਣਾ ਕੇ ਬੈਠੇ, ਤਾਂ ਖੇਡ ਦਾ ਹਿੱਸਾ ਆਉਣਾ ਜ਼ਰੂਰੀ ਹੈ। ਮੈਂ ਜਿਹੜਾ ਤਜਰਬਾ ਜਾਂ ਜੋ ਇੱਥੋਂ ਦਾ ਇਹ ਲੈਸਨ ਲਿਆ ਉਹ ਇਹ ਹੈ ਵੀ ਜਾਂ ਤਾਂ ਸਿਲੈਕਟ ਹੋਵੋ ਜੇ ਇਲੈਕਟ ਹੋਣਾ ਤਾਂ, ਨਹੀਂ ਤਾਂ ਆਪਣੀ ਗੱਲ ਜਿਵੇਂ ਤੁਸੀਂ ਅੱਜ ਮੇਰਾ ਬਹੁਤਾ ਮਨ ਤਾਂ ਅੱਜ ਵੀ ਨਹੀਂ ਸੀਗਾ, ਪਰ ਚਲੋ ਮੈਨੂੰ ਮੈਂ ਤੁਹਾਡੀ ਰਿਸਪੈਕਟ ਕਰਦਾ, ਇੱਕ ਅੱਛੀ ਕੋਸ਼ਿਸ਼ ਕਰਦੇ ਹਾਂ ਤੁਸੀਂ ਪੱਤਰਕਾਰੀ ਦੇ ਖੇਤਰ ਵਿੱਚ ਵੀ ਚਲੋ ਕੋਈ ਗੱਲ ਲੋਕਾਂ ਤੱਕ ਜਾਣੀ ਚਾਹੀਦੀ ਹੈ। ਇਹ ਲੋਕ ਰਾਜ ਨਾਂ 'ਤੇ ਕੁਛ ਨਹੀਂ ਹੈਗਾ, ਸਿਲੈਕਸ਼ਨ ਹੈਗੀ ਹੈ, ਫਿਰ ਇਲੈਕਸ਼ਨ ਹੁੰਦੇ ਆ। ਤੁਸੀਂ ਹੁਣ ਆ ਤਾਜ਼ਾ ਲੈ ਲਓ ਜਲੰਧਰ ਵੈਸਟ ਦੇ ਵਿੱਚੋਂ ਜੀ, ਤੁਸੀਂ 1 ਮਹੀਨਾ ਪਹਿਲਾਂ ਜਿਹੜਾ ਹੈਗਾ ਉੱਥੇ 56,000 ਵੋਟ ਲੈਂਦੀ ਕਾਂਗਰਸ ਜਾਂ ਹੋਰ ਬੜੀ ਮੋਟੀ ਫਿਗਰ 'ਚ ਫਰਕ ਹੋਣਾ, ਅਤੇ ਉਦੋਂ ਬਾਅਦ 1 ਮਹੀਨੇ ਬਾਅਦ 16,000 ਵੋਟ ਪੈਂਦੀ ਹੈ। ਕਮਾਲ ਹੈ, ਇੰਨਾ ਜਾ ਗਏ ਅਸੀਂ ਕਿ 40,000 ਵੋਟ ਥੱਲੇ ਆ ਜਾਵਾਂਗੇ, ਇੰਨੇ ਜਾਗਰਤੀ ਸਾਡੇ ਵਿੱਚ ਨਹੀਂ। ਇਹ ਸਾਰਾ ਕੁਛ ਸਿਲੈਕਟਡ ਹੈ, ਸਿਲੈਕਟ ਹੋ ਕੇ ਹੀ ਚੀਜ਼ਾਂ ਬਣਦੀਆਂ। ਇਹ ਸਰਕਾਰ ਜਿਹੜੀ ਹੈਗੀ ਹੈ
ਬਿਲਕੁਲ ਸੈਂਟਰ ਦੀਆਂ ਪਾਲਿਸੀਆਂ ਜਿਹੜੀਆਂ ਵੀ ਹੈਗੀਆਂ ਬੜੇ ਆਰਾਮ ਨਾਲ ਲਾਗੂ ਕਰ ਰਹੀ ਹੈ। ਪਿੱਛੇ ਬਿੱਲ ਆਏ, ਨਵੇਂ ਕਾਨੂੰਨ ਆਏ ਹੈ, ਕਿਤੇ ਕੋਈ ਬੋਲਿਆ ਕੁਛ ਕਹਿ ਤੇ। ਇੱਥੇ ਇੱਕ ਮਾਲਵਿੰਦਰ ਮਾਲੀ ਹੈ, ਉਹ ਹਰ ਇੱਕ ਨੂੰ ਜਿਹੜਾ ਹੈਗਾ ਹਰ ਇੱਕ ਮੁੱਦੇ 'ਤੇ ਜਿਹੜਾ ਹੈਗਾ ਬੋਲਦਾ, ਕੋਈ ਸ਼ੱਕ ਨਹੀਂ ਹੈਗਾ। ਮੈਂ ਉਸ ਬੰਦੇ ਨੂੰ ਬੇਸ਼ੱਕ ਉਹਨਾਂ ਦੇ ਕੋਈ ਦਿਮਾਗ 'ਚ ਮੇਰੇ ਬਾਰੇ ਕੁਛ ਹੋਵੇ ਤਾਂ ਮੈਂ ਨਹੀਂ ਕੁਛ ਕਹਿ ਸਕਦਾ, ਪਰ ਮੈਂ ਦੇਖਦਾ ਕਿ ਉਹ ਹਰ ਵਿਸ਼ੇ 'ਤੇ, ਭਾਵੇਂ ਆਹ ਸਿੱਖਇਜ਼ਮ ਨਾਲ ਕੰਸਰਨ ਹੈ, ਜੋ ਲਹਿਰਾਂ ਉੱਠ ਰਹੀਆਂ, ਅਕਾਲੀ ਦਲ ਦੇ ਡਰਾਮੇ ਚੱਲ ਰਹੇ ਆ, ਇੱਕ ਇੱਕ ਵਿਸ਼ਾ ਜਿਹੜਾ ਪੰਜਾਬ ਦਾ ਹੈਗਾ ਉਹਦੇ 'ਤੇ ਟਿੱਪਣੀਆਂ ਆਉਂਦੀਆਂ, ਉਹਦਾ ਬਿਲਕੁਲ ਸਟੀਕ ਜਿਹੜੀ ਗੱਲ ਕਰ ਰਹੇ ਹੈਗੇ ਆ, ਉਹ ਮੈਂ ਬਿਲਕੁਲ ਸਮਝਦਾ ਕਿ ਇਹੋ ਜਿਹੇ ਬੰਦੇ ਜਿਹੜੇ ਅੱਜ ਬੁੱਧੀਜੀਵੀ ਵਰਗ ਦੇ ਵਿੱਚ ਹੋਰ ਵੀ ਹੋਣੇ ਚਾਹੀਦੇ। ਹੁਣ ਇਕੱਲਾ ਮਾਲਵਿੰਦਰ ਵਾਲੀ ਕੀ ਕਰੂਗਾ? ਤਾਂ ਇਹ ਇੱਕ ਹੋਰ ਬਦਕਿਸਮਤੀ ਹੈ ਕਿ ਜਿਹੜੇ ਜਾਣਕਾਰ ਲੋਕ ਆ, ਜਿਹੜੇ ਜਾਣਦੇ ਸਾਰੀ ਇਸ ਖੇਡ ਨੂੰ, ਉਹ ਵੀ ਮੂਕ ਦਰਸ਼ਕ ਬਣ ਕੇ ਜਿਹੜੇ ਹੈਗੇ ਆ, ਜਿਹਦਾ ਹਿੱਸਾ ਬਣੇ ਹੋਏ ਆ, ਚੁੱਪ ਕਰਕੇ ਪੰਜਾਬ ਦੀ ਬਰਬਾਦੀ ਜਿਹੜੀ ਹੋਰ ਵੱਧ ਸਪੀਡ ਦੇ ਨਾਲ ਆਉਣ ਵਾਲੇ ਸਮੇਂ ਵਿੱਚ ਦਿਖਾਈ ਦਿੰਦੀ ਹੈ। ਨਵੀਂ ਰਾਜਨੀਤੀ ਜਿਹੜੀ ਤੁਹਾਨੂੰ ਪੰਜਾਬ 'ਚ ਦਿਖਾਈ ਦੇਊਗੀ, ਉਹ ਪੁਰਾਣੀਆਂ ਰਾਜਨੀਤੀਆਂ ਨੂੰ ਚੰਗਾ ਸਾਬਤ ਕਰ ਦਊਗੀ ਕਿ ਇੰਨੇ ਖਤਰਨਾਕ, ਜਿਵੇਂ ਕਿ ਇਹ ਸਰਕਾਰ ਹੁਣ ਅਕਾਲੀਆਂ ਕਾਂਗਰਸੀਆਂ ਬਾਰੇ ਸੋਚਣ ਲੱਗੇ ਆਪਾਂ, ਇੰਨਾ ਇਹਨਾਂ ਨੇ ਬੁਰੇ ਤਰੀਕੇ ਦੇ ਨਾਲ ਸਾਡਾ ਕ੍ਰਸ਼ ਕੀਤਾ ਪੰਜਾਬ ਦੇ ਲੋਕਾਂ ਨੂੰ, ਬਿਲਕੁਲ ਤਬਾਹੀ ਦੇ ਕੰਢੇ 'ਤੇ, ਜਿਹੜੇ ਵੀ ਲੈ ਕੇ ਆਉਂਦੇ ਕਿੰਨੀ ਸਪੀਡ ਹੈ। ਤਾਂ ਇਹ ਸਾਰੀਆਂ ਚੀਜ਼ਾਂ ਆਉਣ ਵਾਲੇ ਸਮੇਂ 'ਚ ਹੋਰ ਵਧਣਗੀਆਂ, ਤਾਂ ਲੋਕ ਇਹੀ ਵੇਖਣਗੇ ਵੀ ਹਾਂ ਇਹਦੇ ਨਾਲ ਤਾਂ ਉਹੀ ਚੰਗਾ ਸੀ। ਤਾਂ ਚੰਗਾ ਆਉਣਾ ਤਾਂ ਬਹੁਤ ਦੂਰ ਦੀ ਗੱਲ ਹੈ, ਚੰਗਾ ਆਉਣ ਵਾਸਤੇ ਮੈਂ ਅੱਗੇ ਵੀ ਕਿਹਾ ਸੀ ਅੱਜ ਲੀਡਰਸ਼ਿਪ ਦੇ ਵਿੱਚ ਤਾਂ ਕੋਈ ਵੀ ਇਹੋ ਜਿਹਾ ਚਿਹਰਾ ਨਹੀਂ ਹੈਗਾ ਕਿ ਜਿਹਨੂੰ ਆਪਾਂ ਉਮੀਦ ਕੀਤੀ ਜਾ ਸਕੇ, ਅਤੇ ਬਾਕੀ ਤਾਂ ਫਿਰ ਰੱਬ ਕਹਿੰਦੇ ਰੱਖ ਹੈ। ਜਿਹੜੀ ਸਿਸਟਮ ਇੱਕ ਡੈਮੋਕ੍ਰੇਸੀ 'ਚ ਆਪਾਂ ਦੇਖਦੇ ਹਾਂ, ਲੀਡਰਸ਼ਿਪ ਦਾ ਤਾਂ ਬੇੜਾ ਪਹਿਲਾਂ ਸਾਰੀ ਦਾ ਗਰਕ ਹੋ ਗਿਆ, ਅਤੇ ਜਿਹੜੀ ਨਵੀਂ ਪੈਦਾ ਹੋ ਰਹੀ ਹੈ ਜਿਹੜੀ ਹੁਣ, ਠੀਕ ਹੈ, ਉਹ ਉਦੋਂ ਵੀ ਖਤਰਨਾਕ ਪੈਦਾ ਹੋ ਰਹੀ ਹੈ। ਤਾਂ ਦੇਖੋ ਨਾ ਫਿਰ ਆਉਣ ਵਾਲੇ ਸਮੇਂ ਵਿੱਚ, ਤੁਸੀਂ ਯੰਗ ਹੋ, ਤੁਹਾਡੇ ਵਰਗੇ ਲੋਕਾਂ ਨੂੰ ਤਾਂ ਜ਼ਿਆਦਾ ਧਿਆਨ ਨਾਲ ਅੱਖਾਂ ਖੋਲ੍ਹ ਕੇ ਵਿਚਰਨਾ ਚਾਹੀਦਾ, ਆਪਣੀ ਗੱਲ ਰੱਖਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਆਪਣੇ ਮੁਤਾਬਕ ਉਹਦੇ, ਕਿਉਂਕਿ ਆਜ਼ਾਦੀ ਜਿਹੜੀ ਹੈਗੀ ਹੈ ਬਾਹਰ ਤੁਰਨ ਫਿਰਨ ਦੀ, ਉਹ ਵੀ ਹੁਣ ਤੁਹਾਡੀ ਜਿਹੜੀ ਹੈਗੀ ਹੈ ਇਹ ਤੁਹਾਡੇ ਬੋਲਣ ਦੇ ਨਿਰਭਰ ਕਰਦੀ ਹੈ। ਤਾਂ ਅਸੀਂ ਵੀ, ਮੈਂ ਤਾਂ ਵੀ ਜ਼ਿਆਦਾ ਹੁਣ ਥੋੜ੍ਹਾ ਜਿਹਾ ਸੰਕੋਚ ਕਰਦੇ ਹਾਂ ਵੀ ਜੇ ਬੋਲਣ ਦਾ ਫਾਇਦਾ ਹੀ ਨਹੀਂ ਹੋ ਰਿਹਾ, ਤਾਂ ਫਿਰ ਤੁਸੀਂ ਟਾਰਗੇਟ ਹੋ ਕੇ ਆਪਦੇ ਆਪ ਨੂੰ ਜਿਹੜਾ ਹੈਗਾ ਮੋਹਰਾ ਬਣਾ ਕੇ ਆਪਦਾ ਨੁਕਸਾਨ ਕਰਵਾਉਣ ਨਾਲੋਂ ਥੋੜ੍ਹਾ ਦੇਖੋ ਹੋਰ ਤਬਾਹੀ ਵਾਲੇ ਪਾਸੇ ਜਾ ਰਿਹਾ ਪੰਜਾਬ। ਚੀਫਤਾ ਕੁਝ ਆਉਣ ਵਾਲੇ ਸਮੇਂ ਵਿੱਚ ਲੋਕ ਜਾਗ ਪੈਣ, ਤਾਂ ਜਾਗੇ ਹੋਏ ਲੋਕਾਂ ਦਾ, ਜਿਹੜੇ ਨਿਸ਼ਕਾਮ, ਜਿਹਨਾਂ ਨੂੰ ਕੋਈ ਦਿੱਕਤ ਨਹੀਂ ਹੋਊ, ਜਿਹਨਾਂ ਨੂੰ ਕੋਈ ਲਾਲਚ ਨਹੀਂ ਹੋਣਗੇ, ਉਹ ਕੋਈ ਗਰੁੱਪ ਖੜਾ ਹੋ ਕੇ ਜਿੰਨਾ ਚਿਰ ਪੰਜਾਬ ਦੇ ਵਿੱਚ, ਆਪਾਂ ਪੰਜਾਬ ਦੀ ਗੱਲ ਕਰਦੇ ਹਾਂ, ਹੈ ਤਾਂ ਸਾਰੇ ਮੁਲਕ ਦਾ ਹਾਲਤ ਮਾੜਾ, ਪਰ ਕੁਛ ਲੋਕ ਉੱਠਣਗੇ ਤਾਂ ਫਿਰ ਉਮੀਦ ਕੀਤੀ ਜਾ ਸਕਦੀ। ਅੱਜ ਜਿਹੜੇ ਹਾਲਾਤ ਹੈ ਪੰਜਾਬ ਦੇ, ਉਹ ਬਿਲਕੁਲ ਜਿਹੜੇ ਹੈਗੇ ਖਤਰਨਾਕ ਹੱਦ ਤੱਕ ਹੋਰ ਜਿਹੜੇ ਹੈਗੇ ਨਿਮਾਉਣ ਵੱਲ ਜਾ ਰਹੇ। ਅਤੇ ਤੁਹਾਡੀ ਫਿਰ ਰਾਜਨੀਤੀ ਤੋਂ ਤੌਬਾ? ਤੁਸੀਂ ਨਹੀਂ, ਮੈਂ ਰਾਜਨੀਤੀ ਪਹਿਲਾਂ ਵੀ ਨਹੀਂ ਰਨ ਕੀਤੀ, ਉਹ ਰਾਜਨੀਤੀ ਥੋੜ੍ਹਾ ਹੈ, ਰਾਜਨੀਤੀ ਤਾਂ ਰਾਜ ਦੇ ਵਿੱਚ ਕਿਸੇ ਪਾਰਟੀ 'ਚ ਕੁਛ ਹੋਰ ਸਿਸਟਮ 'ਚ ਆਉਂਦੀ, ਮੈਂ ਤਾਂ ਇਕੱਲੇ ਬੰਦੇ ਨੇ ਆਪਣੀ ਮਤਲਬ ਕੋਸ਼ਿਸ਼ ਕੀਤੀ ਸੀ, ਵੋਟ ਪੋਲਿਟਿਕਸ 'ਚ, ਵੋਟਾਂ 'ਚ ਨਹੀਂ ਖੜੇ ਹੋ, ਨਹੀਂ ਵੋਟਾਂ 'ਚ ਖੜੇ ਹੋਣ ਦਾ ਆਪਾਂ ਦੇਖ ਲਿਆ, ਠੀਕ ਹੈ, ਫਿਰ ਜੇ ਕੋਈ ਆਉਣ ਵਾਲੇ ਸਮੇਂ ਵਿੱਚ ਲੱਗਦਾ ਹੋਇਆ ਵੀ ਕਿਸੇ ਸਿਲੈਕਸ਼ਨ ਦੇ ਥਰੂ ਆਪਾਂ ਕੋ ਭਲਾ ਕਰ ਸਕਦੇ ਹਾਂ, ਉਹ ਅੱਗੇ ਪਾਰਟ ਹੈ ਜੀ ਮੇਰਾ, ਰਹਿੰਦਾ ਇੱਕ, ਮੈਂ ਤਾਂ ਕਿਸੇ ਕਿਸੇ ਪਾਸੇ ਗਿਆ ਹੀ ਨਹੀਂ ਹੈ, ਰਸਤੇ ਤਾਂ ਸਾਰੇ ਖੁੱਲ੍ਹੇ, ਅੱਜ ਵੀ ਮੈਂ ਜਾ ਸਕਦਾ, ਪਰ ਉਹ ਪਾਰਟ 'ਤੇ ਤਾਂ ਤੁਸੀਂ ਮੋਹਰ ਲਾਤੀ ਜੀ, ਤਾਂ ਉਹ ਤਾਂ ਮੋਹਰ ਨਹੀਂ ਮੈਂ ਲਾਉਂਦਾ, ਅੱਜ ਮੈਂ ਚਾਹੁੰਦਾ ਕਿ ਮਤਲਬ ਮੈਂ ਅਜੇ ਮੇਰੇ ਉਹ ਸਿਸਟਮ 'ਚ ਫਿੱਟ ਨਹੀਂ ਬੈਠ ਰਿਹਾ, ਕਦੇ ਕੱਲ੍ਹ ਨੂੰ ਹੀ ਲੱਗਿਆ ਕਿ ਸਾਨੂੰ ਜ਼ਰੂਰਤ ਹੈ ਇਸ ਗੰਦ ਵਿੱਚ ਇਹ 'ਚ ਵੜ ਕੇ ਹੀ ਸ਼ਾਇਦ ਅਸੀਂ ਕੁਛ ਕਰ ਸਕੀਏ, ਤਾਂ ਉਹ ਤਜਰਬਾ ਜਦੋਂ ਹੋਊਗਾ ਲੋਕ ਵੇਖ ਲੈਣਗੇ, ਇਹ ਤਾਂ ਕੋਈ ਇਹ ਤਾਂ ਹੈ ਨਹੀਂ। ਅਤੇ ਇਸ ਕਰਕੇ ਮੈਂ ਇਨਕਾਰ ਕਿਸੇ ਚੀਜ਼ ਤੋਂ ਨਹੀਂ ਕਰਦਾ ਆਉਣ ਵਾਲੇ ਸਮੇਂ ਦਾ, ਪਰ ਅੱਜ ਤੱਕ ਆਪਾਂ ਕਿਸੇ ਚੀਜ਼ ਦੇ ਪਾਰਟ ਨਾ ਹੈਗੇ ਹਾਂ, ਨਾ ਹੋਣਾ ਚਾਹੁੰਦੇ, ਪਰ ਮਜਬੂਰੀ ਦੇ ਵਿੱਚ ਕਿਤੇ ਆਉਣ ਵਾਲੇ ਸਮੇਂ ਵਿੱਚ ਇਹੋ ਜਿਹੇ ਹਾਲਾਤ ਬਣਦੇ ਹੋਏ ਜੇ ਕੁਛ ਚੰਗੇ ਲੋਕ ਦਿਸਦੇ ਹੋਏ ਕੁਛ ਹੋਰ ਕੋਸ਼ਿਸ਼ ਕਰਦੇ, ਤਾਂ ਫਿਰ ਜ਼ਰੂਰ ਜਿਹੜਾ ਹੈਗਾ ਉਮੀਦ ਹੈ ਕਿ ਪਰਮਾਤਮਾ ਅੱਗੇ ਮੈਂ ਤਾਂ ਕਹਿੰਦਾ ਵੀ ਕੁਛ ਤਾਂ ਕ੍ਰੀਏਟ ਹੋਵੇ, ਕੁਛ ਤਾਂ ਪਾਰਟ ਬਚੇ, ਕੋਈ ਵੀ ਚੀਜ਼ ਬਚਾਉਣ ਵਾਸਤੇ ਪੰਜਾਬ ਨੂੰ ਤਿਆਰ ਨਹੀਂ ਹੈਗੀ ਤਾਂ ਆਪਾਂ ਜਾਵਾਂਗੇ ਕਿੱਥੇ। ਇੱਕ ਸੇਖੋਂ ਸਾਹਿਬ, ਜਿਵੇਂ ਤੁਸੀਂ ਗੱਲ ਕਰ ਰਹੇ ਹੋ, ਜਿਵੇਂ ਤੁਸੀਂ ਰਾਜਨੀਤੀ ਦੀ ਗੱਲ ਕਰਤੀ, ਉਹ ਸਿਲੈਕਸ਼ਨ ਵਾਲਾ ਤੁਸੀਂ ਕਹਿਤਾ ਵੀ ਐਂ ਕਿਸੇ ਪਾਰਟੀ ਵਾਲਾ, ਜਿਵੇਂ ਹੁਣ ਤੁਹਾਨੂੰ ਇਹ ਬਹੁਤ ਚੰਗੀ ਤਰ੍ਹਾਂ ਤੁਸੀਂ ਕਹਿ ਰਹੇ ਹੋ ਵੀ ਮੈਨੂੰ ਬਹੁਤ ਚੰਗੀ ਤਰ੍ਹਾਂ ਇਹ ਗੱਲ ਸਮਝ ਆ ਚੁੱਕੀ ਆ, ਹੈ ਨਾ, ਫਿਰ ਇਹਦਾ ਕੋਈ ਤੋੜ ਹੋਰ ਲੱਭ ਸਕਦਾ ਗਾ? ਤੋੜ ਦੇਖੋ ਜਿਹੜਾ ਹੁਣ ਲੱਭਿਆ ਜਾ ਰਿਹਾ ਸਿਸਟਮ ਦੇ ਇਲਾਵਾ ਲੱਭਿਆ ਜਾ ਰਿਹਾ, ਸਿਸਟਮ ਜਿਹੜਾ ਹੈਗਾ ਇੱਕ ਉਹੋ ਜਿਹੀ ਚੀਜ਼ ਕ੍ਰੀਏਟ ਹੋ ਰਹੀ ਹੈ ਇੱਥੇ। ਤੁਹਾਨੂੰ ਅਕਾਲੀ ਦਲ ਦੇ ਬਾਰੇ ਤੁਸੀਂ ਦੇਖ ਹੀ ਰਹੇ ਹੋ, ਜੋ ਟੁੱਟ ਕੇ ਜੋ ਉਹਨਾਂ ਦੇ ਅਸਤੀਫੇ ਮੰਗੇ ਜਾ ਰਹੇ, ਜੋ ਆਪਸ ਵਿੱਚ ਇਹਨਾਂ ਦੇ ਗਰੁੱਪ ਖੜ੍ਹੇ ਹੋ ਗਏ, ਹੁਣ ਭਾਵੇਂ ਗਰੁੱਪ ਕੋਈ ਵੀ ਖੜ੍ਹੇ ਹੋ ਗਏ, ਉਹਨਾਂ ਦੇ ਵਿੱਚੋਂ ਕੋਈ ਵੀ ਜਿਹੜਾ ਹੈਗਾ ਅੱਜ ਦੀ ਡੇਟ ਵਿੱਚ ਡਰੱਗ ਦੀ ਗੱਲ ਨਹੀਂ ਕਰ ਰਿਹਾ, ਠੀਕ ਹੈ,
ਦੋ ਮੁੱਦਿਆਂ ਦੀ ਮੇਰੀ ਇਹਨਾਂ ਦੇ ਜਿਹੜੇ ਰੈਬਲ ਜਿਹੜੇ ਬੰਦੇ ਹੋਏ ਵੀ ਉਹਨਾਂ ਨਾਲ ਮੇਰੀ ਗੱਲਬਾਤ ਵੀ ਹੁੰਦੀ ਹੈ, ਇਹ ਨਹੀਂ ਕਿ ਮੈਂ ਇਨ ਟੱਚ ਨਹੀਂ ਹੈਗਾ। ਮੈਂ ਇਹਨੂੰ ਕਹਿੰਦਾ ਵੀ ਆਹ ਮੁੱਦੇ ਦੋ, ਗੁਰਦੇਵ ਸਿੰਘ ਕੌਂਕੇ ਦਾ ਮੁੱਦਾ ਕਿੱਧਰ ਗਿਆ ਜੀ, ਅੱਜ ਕਿਸੇ ਨੇ ਜ਼ਿਕਰ ਕਿਉਂ ਨਹੀਂ ਕੀਤਾ ਉਹਦਾ, ਡਰੱਗ ਦਾ ਮੁੱਦਾ ਤੁਸੀਂ ਕਿਉਂ ਨਹੀਂ ਜ਼ਿਕਰ ਕਰਦੇ, ਕਿਉਂਕਿ ਜਿਹੜਾ ਮਜੀਠੀਆ ਹੈਗਾ ਉਹਦਾ ਨਾਮ ਹੈ ਵਿੱਚ, ਅਤੇ ਤੁਸੀਂ ਇੱਕ ਤਰੀਕੇ ਨਾਲ ਤਾਂ ਲੜ ਰਹੇ ਹੋ, ਉਸੇ ਬਾਰੇ ਤੁਸੀਂ ਬੋਲ ਨਹੀਂ ਰਹੇ। ਇਹਦੇ ਬਾਰੇ ਪਹਿਲਾਂ ਮੈਂ ਜਸਟਿਸ ਅਜੀਤ ਸਿੰਘ ਬੈਂਸ ਦੀ ਰਿਪੋਰਟ ਦੀ ਗੱਲ ਕਰਦਾ ਹੁੰਦਾ ਸੀ ਡਰੱਗ ਦੇ ਮਾਮਲੇ 'ਚ, ਠੀਕ ਹੈ। ਹੁਣ ਪਿੱਛੇ ਮੇਰੇ ਕੋਲ ਇੱਕ ਜੱਜਮੈਂਟ ਹੋ ਰਹੀ ਹੈ, ਜਿਹੜੇ ਇੱਥੇ ਪ੍ਰੈਜ਼ੀਡੈਂਟ ਜੱਜ ਹੈਗੇ ਆ, ਲੇਡੀ ਹੈਗੀ ਹੈ ਅਲੀਜ਼ਾ ਗਿੱਲ, ਉਹਨਾਂ ਨੇ ਇਹਦੀ ਜ਼ਮਾਨਤ ਕੈਂਸਲ ਕੀਤੀ ਸੀ ਜੀ ਮਜੀਠੀਏ ਦੀ, ਜਦੋਂ ਇਹਨੇ ਸਰੈਂਡਰ ਕਰਨਾ ਪਿਆ ਸੀ ਬਾਅਦ ਜਾ ਕੇ ਇਹਨੂੰ। ਉਹਦੇ 'ਚ ਉਹ ਰਿਪੋਰਟ ਦਾ ਤਕਰੀਬਨ ਰੈਲੀਵੈਂਟ ਸਾਰਾ ਇਹੀ ਪਾਰਟ ਜਿਹੜਾ ਉਹਦੇ ਵਿੱਚ ਹੈਗਾ। ਐਡੀ ਵੱਡੀ ਖਤਰਨਾਕ ਤਰੀਕੇ ਦੇ ਨਾਲ ਮਤਲਬ ਉਹਨਾਂ ਨੇ ਉਹ ਜਿਹੜੀ ਜੱਜਮੈਂਟ ਲਿਖਾਈ ਇਹਦੇ ਖਿਲਾਫ ਜਿਹੜੀ, ਉਹ ਕਿੱਥੇ ਆ ਉਹ, ਦੁਬਾਰਾ ਕਿਉਂ ਨਹੀਂ ਫੜਦੇ, ਹੁਣ ਫਿਰ ਦੁਬਾਰਾ ਕਲੀਨ ਚਿੱਟ ਦੇਣ ਨੂੰ ਫਿਰਦੇ। ਤਾਂ ਮੈਂ ਕਹਿੰਦਾ ਜਿਹੜੇ ਇਹ ਸਿਆਸਤ ਵੀ ਹੁੰਦੀ ਫਿਰਦੀ ਆ, ਡਰੱਗ 'ਤੇ ਕਿਉਂ ਉੱਲਾ ਕੀਤਾ ਹੋਇਆ ਸਭ ਨੇ, ਡਰੱਗ ਨੂੰ ਕੀ ਪ੍ਰੋਬਲਮ ਹੈ? ਜਿਹੜੇ ਬੰਦੇ 'ਤੇ ਇੱਦਾਂ ਦਾ ਵੀ ਕੁਛ ਹੋ ਜਾਂਦਾ ਆ, ਕੇਸ 'ਤੇ ਹੋ ਗਿਆ ਜਿਵੇਂ ਤੁਸੀਂ ਵਿਕਰਮ ਮਜੀਠੀਆ ਦਾ ਨਾਮ ਲੈਤਾ ਜਾਂ ਹੋਰ ਕਿਸੇ ਦਾ, ਜਾਂ ਈਵਨ ਕਿ ਤੁਹਾਡੇ 'ਤੇ ਵੀ ਬਹੁਤ ਕੁਛ ਚੱਲਿਆ, ਉਦੋਂ ਫਿਰ ਸਿਸਟਮ ਇਹ ਵੀ ਗੱਲ ਕਹਿੰਦਾ ਵੀ ਸਾਡੇ ਖਿਲਾਫ਼ ਤਾਂ ਤਾਣਾ ਬੁਣਿਆ ਜਾ ਰਿਹਾ ਕਿਉਂਕਿ ਅਸੀਂ ਇੱਕ ਸਹੀ ਕੰਮ ਕਰ ਰਹੇ ਸੀ। ਨਹੀਂ ਨਹੀਂ, ਸਹੀ ਕੰਮ ਕਰਦੇ ਹੋਣ ਤਾਂ ਫਿਰ ਕੋਈ ਦਿਖਾਈ ਨਾ ਦੇਵੇ ਉਹਦਾ ਰਿਜ਼ਲਟ, ਸਹੀ ਕੰਮ ਕਰਦੇ ਨੇ ਕੀਤਾ ਕੀ ਹੈ, ਕਰਕੇ ਕੀ ਵਿਖਾਇਆ ਹੈਗਾ, ਆ ਗੱਲ ਕਰ ਦਿੰਦੇ ਆ। ਇਹ ਨਹੀਂ ਹੈ, ਦੇਖੋ ਡਰੱਗ ਰਿਪੋਰਟਾਂ ਪਿੱਛੇ ਮੈਂ ਤੁਹਾਡੇ ਸਾਹਮਣੇ 6 ਮਹੀਨੇ ਜੇਲ੍ਹ ਕੱਟ ਕੇ ਆਇਆ, ਡਰੱਗ ਰਿਪੋਰਟਾਂ ਖੁੱਲ੍ਹ ਗਈਆਂ 3, ਜਿਹੜੀ 4th ਸਭ ਤੋਂ ਅਪੋਇੰਟਡ ਸੀ ਉਹ ਨਹੀਂ ਖੁੱਲ੍ਹੀ, 3 ਰਿਪੋਰਟਾਂ ਖੁੱਲ੍ਹੀਆਂ, ਅਸੀਂ ਬਹੁਤ ਪ੍ਰੇਜ਼ ਕੀਤੀ ਉਹਨਾਂ 'ਚ, ਕੋਰਟਾਂ ਦੀ ਪ੍ਰੇਜ਼ ਕੀਤੀ ਜਿਹਨੇ ਸਾਨੂੰ ਨਜਾਇਜ਼ ਸਜ਼ਾ ਕੀਤੀ ਵੀ ਚਲੋ ਕੋਈ ਗੱਲ ਨਹੀਂ ਰਿਪੋਰਟਾਂ ਤਾਂ ਖੁੱਲ੍ਹੀਆਂ। 4th ਉਮੀਦ ਸੀ ਜਿਹਦੀ ਡੀ ਜੀ ਪੀ ਦੇ ਨਾਮ ਹੈ, ਉਹ ਜਿਹੜੀ ਹੈਗੀ ਆ ਉਸੇ ਕੋਰਟ ਦੁਆਰਾ ਬੰਦ ਕਰ ਦਿੱਤੀ ਗਈ, ਅੱਜ ਉਹਨਾਂ ਨੂੰ ਰਿਵਾਰਡ ਦੇ ਤੌਰ 'ਤੇ ਚੀਫ ਜਸਟਿਸ ਲਾਇਆ ਜਾ ਰਿਹਾ। ਅਤੇ ਇਹ ਦੇਖੋ ਤਾਂ ਸਹੀ ਗੱਲ ਕਿੱਧਰ ਨੂੰ ਜਾ ਰਹੀ ਹੈ, ਇਹਨੂੰ ਆਵਾਜ਼ ਨੂੰ ਚੱਕੂਗਾ ਕੌਣ? ਸਰਕਾਰਾਂ ਤਾਂ ਚੱਕਦੀਆਂ ਨਹੀਂ ਹੈਗੀਆਂ, ਬੁੱਧੀਜੀਵੀ ਵਰਗ 'ਚ ਮੈਂ ਇੱਕ ਨਾਮ ਤੁਹਾਡੇ ਅੱਗੇ ਲੈ ਕੇ ਹਟਿਆ, ਠੀਕ ਹੈ। ਇਹ ਦੇਖਣ ਜੇ ਸਿਆਸਤ ਦੀ ਗੱਲ ਹੀ ਕਰੀ ਜਾਣੀ ਹੈ, ਸਿਆਸਤ ਦੀ ਗੱਲ ਤਾਂ ਵਾਰਾ ਖਾਂਦੀ ਸਿਸਟਮ ਨੂੰ, ਤਾਂ ਸਿਆਸਤ ਤਾਂ ਨਵੀਂ ਪੈਦਾ ਹੋ ਜਾਊਗੀ। ਅੱਜ ਸੈਂਟਰ ਦੇ ਵਿੱਚ ਜਿਸ ਤਰ੍ਹਾਂ ਦੀ ਸਰਕਾਰ ਬਣੀ ਹੈ, ਜਿਵੇਂ ਵੀ ਹੈ, ਅੱਜ ਬਿਲਕੁਲ BJP ਫਿਰ ਸਟਰੋਂਗ ਦਿਖਾਈ ਦੇ ਰਹੀ ਹੈ ਉੱਥੇ, ਜੋ ਉਹਨਾਂ ਨੇ ਮੇਨ ਇੰਪੋਰਟੈਂਟ ਜਿਹੜੇ ਡਿਪਾਰਟਮੈਂਟ ਸੀ ਸਾਰੇ ਰੱਖੇ ਇੱਥੇ, ਕੋਈ ਉਹ ਨਿਤੀਸ਼ ਕੁਮਾਰ ਅਤੇ ਜਿਹੜਾ ਫਰਨਾਂਡਿਸ ਵਗੈਰਾ, ਕੋਈ ਇੰਪੋਰਟੈਂਟ ਪਾਰਟ ਤਾਂ ਨਹੀਂ ਕਿਸੇ ਨੇ ਦਿੱਤਾ ਹੋਇਆ, ਇਹਦਾ ਮਤਲਬ ਅਜੇ ਫਿਰ ਮਜ਼ਬੂਤੀ ਨਾ ਖੜੇ ਕਹਾਂ। ਤਾਂ ਮਤਲਬ ਮਜ਼ਬੂਤੀ ਨਾਲ ਚੱਲ ਰਿਹਾ ਨਾ ਸਭ ਕੁਛ, ਜੇ ਚੱਲ ਰਿਹਾ ਤਾਂ ਫਿਰ ਪੰਜਾਬ ਤਾਂ ਆਉਣ ਵਾਲੇ ਸਮੇਂ ਦਾ ਬਹੁਤ ਵੱਡਾ ਇੱਕ ਅਖਾੜਾ ਬਣ ਜਾਣਾ ਇੱਥੇ, ਕਿਉਂਕਿ BJP ਨੂੰ ਸੀਟ ਕੋਈ ਨਹੀਂ ਮਿਲੀ, ਪਰ ਵੋਟ ਤਾਂ ਪਈ ਹੈ ਨਾ 18%, ਥੋੜ੍ਹੀ ਹੈ, ਅਕਾਲੀ ਦਲ ਕੋਲ 13 ਰਹਿ ਗਈ। ਅਤੇ ਹੁਣ ਅਕਾਲੀ ਦਲ ਹੀ ਇੱਕ ਤਾਂ ਨਵਾਂ ਖੜਾ ਹੋ ਸਕਦਾ, ਇੱਕ ਬਦਲ ਦੇ ਰੂਪ ਵਿੱਚ ਜਿਹੜੇ ਅੰਮ੍ਰਿਤਪਾਲ ਹੋਰੀ ਅਤੇ ਸਰਬਜੀਤ ਸਿੰਘ ਖਾਲਸਾ ਜਿੱਤੇ ਹੈ, ਇਹ ਇੱਕ ਮਤਲਬ ਅਲੱਗ ਬਦਲ ਦੇ ਕੇ ਉਹਨਾਂ ਨੇ ਵੀ ਕਹਿਤਾ ਵੀ ਨਵੀਂ ਪਾਰਟੀ, ਇੱਕ ਵੋਟਾਂ ਦੀ ਪੋਲਰਾਈਜੇਸ਼ਨ ਵਾਸਤੇ ਇੱਕ ਫਿਰ ਗਰਾਊਂਡ ਤਿਆਰ ਹੋ ਰਹੀ ਹੈ। ਅਤੇ ਇਹਦਾ ਬੈਨੀਫਿਸ਼ਰੀ ਤਾਂ ਫਿਰ ਗਾਂ ਇਸ ਟਾਈਮ ਜਾ ਕੇ ਸੈਂਟਰ ਸਰਕਾਰ 'ਚ ਬੈਠੀ BJP ਹੀ ਆਉਣ ਵਾਲੇ ਸਮੇਂ ਵਿੱਚ ਦਿਖਾਈ ਦੇਊਗੀ, ਜਿਹਨਾਂ ਕੋਲ ਪਾਵਰ ਹੈ ਸਾਰੀ, ਕਿਵੇਂ ਉਹ ਚੱਲਦੇ ਆ, ਕਿਵੇਂ ਵਿਚਰਦੇ ਆ, ਇਹ ਬਾਅਦ ਦੀਆਂ ਗੱਲਾਂ, ਇਹ ਸਿਆਣੇ ਬੁੱਧੀਜੀਵੀ ਲੋਕ ਮੈਥੋਂ ਕਿਤੇ ਵੱਧ ਤਰੀਕੇ ਨਾਲ ਦੇਖ ਸਕਦੇ ਆ। ਮੈਂ ਅੱਗੇ ਦੱਸਿਆ ਮਾਲੀ ਸਾਹਿਬ ਦੇ ਬਾਰੇ ਆਮ ਤੌਰ 'ਤੇ ਐਕਸਪਲੇਨ ਕਰਦੇ ਸਾਰੇ ਪੱਖਾਂ ਤੋਂ, ਸਾਰਿਆਂ ਨੂੰ ਕਰਨਾ ਚਾਹੀਦਾ ਜਿਹੜੇ ਇਹ ਜਾਣਕਾਰੀ ਰੱਖਦੇ, ਬਹੁਤ ਲੋਕ ਜਾਣਦੇ। ਮੈਂ ਤਾਂ ਇਹ ਜਾਣਕਾਰੀ ਇਹਨਾਂ ਲੋਕਾਂ ਦੇ ਗੱਲਬਾਤ ਵਿੱਚੋਂ ਕੱਢਦਾ ਨਾ, ਮੇਰੇ ਕੋਲ ਆਪਣੀ ਤਾਂ ਕੋਈ ਨਹੀਂ ਹੈ, ਇਹਨਾਂ ਦੇ ਕੋਲ ਆਪਣੇ ਕੋਲ ਭੰਡਾਰ ਨੇ। ਅਤੇ ਇਹ ਲੋਕ ਜੇ ਇਹ ਗੱਲਾਂ ਕਰਨ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਘੱਟੋ ਘੱਟ ਲੋਕਾਂ ਨੂੰ ਨੌਲੇਜ ਤਾਂ ਹੋਵੇ। ਅੱਜ ਸਾਨੂੰ ਪਤਾ ਵੋਟ ਦੀ ਕੋਈ ਵੈਲਿਊ ਨਹੀਂ, ਵੋਟ ਆਪਣੇ ਮੁਤਾਬਕ ਸਿਸਟਮ ਪਵਾਉਂਦਾ, ਜਦੋਂ ਬਾਅਦ ਲੋਕਾਂ ਕੋਲ ਤਾਂ ਕੁਛ ਨਹੀਂ ਹੈਗਾ, ਲੋਕਾਂ ਕੋਲ ਨੌਲੇਜ ਤਾਂ ਹੋਵੇ, ਲੋਕਾਂ ਨੂੰ ਇਹ ਤਾਂ ਪਤਾ ਚੱਲ ਜਾਵੇ ਵੀ ਸਾਡੀ ਵੋਟ ਦੀ ਕੀਮਤ ਕੋਈ ਨਹੀਂ, ਅਸੀਂ ਇਸ ਭੁਲੇਖੇ 'ਚ ਤਾਂ ਰਹੀਏ ਵੀ ਅਸੀਂ ਲੋਕਤੰਤਰ 'ਚ ਰਹਿ ਰਹੇ ਹਾਂ, ਅਸੀਂ ਵੋਟ ਪਾ ਕੇ ਚੁਣਦੇ ਹਾਂ, ਇਹ ਸਾਡੇ ਚੁਣੇ ਹੋਏ ਨਹੀਂ ਹੈ। ਮੈਂ ਦੱਸਣਾ ਚਾਹੁੰਦਾ ਇਹ ਤੁਹਾਡੇ ਚੁਣੇ ਹੋਏ ਲੋਕ ਨਹੀਂ ਹੈਗੇ ਜਿਹੜੇ ਤੁਹਾਡੇ ਵਿਧਾਨ ਸਭਾ ਵਿੱਚ ਅਤੇ ਜਿਹੜੇ ਮੈਂਬਰ ਪਾਰਲੀਮੈਂਟ ਬਣ ਕੇ ਜਾਂਦੇ ਆ, ਇਹ ਸਿਸਟਮ ਦੇ ਦੁਆਰਾ ਚੁਣੇ ਹੋਏ ਲੋਕ। ਬਹੁਤ ਸਾਰੇ ਲੋਕਾਂ ਨੇ ਕਹਿਣਾ ਤੁਹਾਨੂੰ ਧੱਕਾ ਲੱਗਿਆ ਤੁਸੀਂ ਹਾਰ ਗਏ ਤਾਂ ਤੁਸੀਂ, ਉਹ ਹੁਣ ਜੋ ਮਰਜ਼ੀ ਕੋਈ ਸਮਝੀ ਜਾਵੇ, ਮੈਨੂੰ ਤਾਂ ਜਿਹੜੀ ਜਾਣਕਾਰੀ ਮਿਲੀ ਮੈਂ ਸਾਂਝੀ ਕਰ ਰਹੇ ਹਾਂ, ਇਹ ਜਾਣਕਾਰੀ ਮੇਰੇ ਕੋਲ ਨਹੀਂ ਸੀ, ਉਦੋਂ ਮੈਂ ਡਿਫਰੈਂਟ ਤਰੀਕੇ ਨਾਲ ਗੱਲ ਕੀਤੀ, ਅੱਜ ਜਾਣਕਾਰੀ ਮੇਰੇ ਕੋਲ ਆ ਗਈ ਹੈ ਅਤੇ ਮੈਂ ਦੱਸ ਰਿਹਾ ਇਹ ਸੱਚ ਹੈ। ਨਹੀਂ ਤੁਸੀਂ ਮਸ਼ੀਨਾਂ ਕਰਕੇ ਕਹਿ ਰਹੇ ਹੋ ਕਿ ਕੁਛ ਹੋਰ ਹੈ? ਇਹ ਮਸ਼ੀਨ ਮੈਂ ਕਹਿੰਦਾ ਮਸ਼ੀਨਾਂ ਕਰਕੇ ਤਾਂ ਹੈਗਾ ਹੀ ਹੈਗਾ, ਆਪਣੇ ਦੁਨੀਆ ਦੇ ਵਿੱਚ 3 ਹੀ ਮੁਲਕ ਹੈ, ਇੱਕ ਬ੍ਰਾਜ਼ੀਲ ਹੈ, ਇੱਕ ਆਪਣਾ, ਇੱਕ ਕੋਈ ਹੋਰ ਹੈ ਜਿੱਥੇ EVM ਹੈ, ਹੋਰ ਤਾਂ ਕਿਤੇ ਹੈ ਹੀ ਨਹੀਂ। ਫਿਰ ਮੇਰਾ ਤਾਂ ਦੂਜਾ ਸਵਾਲ ਅਗਲਾ ਵੀ ਹੈਗਾ ਵੀ ਤੁਸੀਂ ਇੱਥੇ ਬੈਲਟ ਪੇਪਰ ਲੈ ਆਓ, ਅਤੇ ਆਹ ਇੱਥੇ ਚੰਡੀਗੜ੍ਹ ਦੀ ਮੇਅਰ ਦੀ ਚੋਣ 'ਚ ਕੀ ਹੋਇਆ ਸੀ ਜੀ? ਸ਼ਰੇਆਮ ਉਹ ਪਾ ਰਿਹਾ, ਕੈਮਰੇ 'ਚ ਵੇਖਿਆ ਗਿਆ, ਚੀਫ ਜਸਟਿਸ ਆਫ ਇੰਡੀਆ ਟਿੱਪਣੀ ਕਰ ਰਿਹਾ, ਕੀ ਹੋਇਆ ਉਹਨੂੰ? ਕੋਈ ਸੁਣੀ ਉਹਦੇ ਬਾਅਦ ਗੱਲ? ਉਹ ਤੋਂ ਬਾਅਦ
ਇੱਥੇ ਤਾਂ ਜਿਹੜਾ ਮਰਜ਼ੀ ਸਿਸਟਮ ਹੋਵੇ, ਸਿਸਟਮ ਜਿਹੜਾ ਉਹ ਮੌਜੂਦਾ ਹੈਗਾ ਉਹ ਇੰਨਾ ਹਾਵੀ ਹੋ ਚੁੱਕਿਆ, ਉਹ ਭਾਵੇਂ ਤੁਸੀਂ ਬੈਲਟ ਪੇਪਰ ਲਿਆਓ ਤਾਂ ਵੀ ਉਹਨਾਂ ਨੇ ਆਪਣੇ ਮੁਤਾਬਕ ਚਲਾਉਣਾ ਚਲਾਉਣਾ ਤਾਂ ਆਹ ਸਿਸਟਮ ਡੀਸੀਆਂ ਨੇ, ਐਸਡੀਐਮਾਂ ਨੇ, ਇੱਕ ਜਿਹੜਾ ਪ੍ਰਸ਼ਾਸਨ ਉਹਨੇ ਆ ਨਾ, ਅਤੇ ਪ੍ਰਸ਼ਾਸਨ ਤਾਂ ਉਹਨਾਂ ਦਾ ਜੋ ਮਰਜ਼ੀ ਇਹ ਕਰ ਦੇਣਗੇ। ਉਹ ਦੇਖ ਰਹੇ ਹੋ ਨਾ ਤੁਸੀਂ ਵੀਡੀਓ ਜਿਹੜੀ ਉਹ ਸ਼ਰੇਆਮ ਕੈਮਰੇ ਵੱਲ ਵੀ ਦੇਖ ਰਿਹਾ ਅਤੇ ਉਹ ਮਤਲਬ ਟਿਕ ਕਰ ਰਿਹਾ, ਅਤੇ ਚੀਫ ਜਸਟਿਸ ਜਿਹੜਾ ਇੰਡੀਆ ਦਾ ਟਿੱਪਣੀ ਕਰੇ ਉਹਦੇ 'ਤੇ ਅਤੇ ਹੁਣ ਟਾਂਗਣਾ ਦਿੱਤਾ ਹੁੰਦਾ ਕਿਸੇ ਨੂੰ। ਇਸ ਕਰਕੇ ਭਾਵੇਂ ਈ ਵੀ ਐੱਮ ਹੈਗੀ ਅੱਜ ਇਹਦੇ 'ਚ ਵੀ ਫਰਾਡ ਹੈ, ਜੇ ਕੱਲ੍ਹ ਨੂੰ ਬੈਲਟ ਪੇਪਰ ਆ ਜੂਗਾ ਉਹਦੇ 'ਚ ਵੀ ਫਰਾਡ ਹੋ ਜੂਗਾ, ਅੱਗੇ ਬੈਲਟ ਪੇਪਰਾਂ ਦੇ ਪੇਪਰ ਚੱਕ ਕੇ ਮਤਲਬ ਲੁੱਟ ਕੇ ਲੈ ਜਾਂਦੇ ਸੀਗੇ, ਇਹਦੇ ਕੀ ਕੁਛ ਹੁੰਦਾ ਸੀ, ਵੋਟਾਂ ਕਿਵੇਂ ਪੈਂਦੀਆਂ। ਤੁਸੀਂ ਇਹ ਮੰਨਦੇ ਹੋ ਵੀ ਜੇ ਓਪੋਜੀਸ਼ਨ ਸਟਰੋਂਗ ਹੋਵੇ ਤਾਂ ਬਹੁਤ ਸਾਰੀਆਂ ਚੀਜ਼ਾਂ, ਜਾਂ ਜਿਵੇਂ ਹੁਣ ਸੈਂਟਰ ਦੇ ਵਿੱਚ ਰਾਹੁਲ ਗਾਂਧੀ ਦਾ ਉਭਾਰ ਹੋਇਆ ਜਾਂ ਜਿਹੜੀਆਂ ਉਹ ਚੀਜ਼ਾਂ, ਓਪੋਜੀਸ਼ਨ ਕਿਤੇ ਨਹੀਂ ਹੈਗੀ ਇੰਡੀਆ ਦੇ ਵਿੱਚ, ਨਾ ਆਪਣੀ ਸਟੇਟ ਵਿੱਚ ਹੈਗੀ ਹੈ ਨਾ ਮੁਲਕ ਵਿੱਚ ਹੈਗੀ ਹੈ, ਇਹ ਉਹ ਆਪਸ਼ਨ ਚੁਣੀ ਹੋਈ ਹੈ ਜਿਹੜੀ ਸਿਸਟਮ ਨੇ, ਠੀਕ ਹੈ, ਖੜਾ ਕਰਨ ਵਾਸਤੇ ਅਲਿਊਜ਼ਨ ਹੈ, ਠੀਕ ਹੈ, ਕੱਲ੍ਹ ਨੂੰ ਇੱਕ ਆਪਸ਼ਨ ਰੱਖਣੀ ਹੈ ਜੇ ਆਪਣੇ ਰਾਹੁਲ ਗਾਂਧੀ ਸਟਰੋਂਗ ਹੋ ਜੂਗਾ, ਅਤੇ 10 ਸਾਲ ਪਹਿਲਾਂ ਜਿਹੜੀ 4 ਤੋਂ 14 ਰਾਹੁਲ ਗਾਂਧੀ ਹੋਈ ਰਹਿ ਗਏ ਹੈ ਤਾਂ ਗਾਂ ਫਿਰ ਆ ਜਾਣਗੇ, ਅਤੇ ਉਹ ਸਿਸਟਮ ਦਾ ਪਾਰਟ ਰਹੇ ਹੈ। ਹੁਣ ਮੋਦੀ ਨੂੰ 24 ਤੱਕ ਉਹਨਾਂ ਨੇ ਜਿਹੜਾ ਜਿਸ ਤਰੀਕੇ ਨਾਲ ਚਲਾਇਆ, ਅੱਜ ਜਿਹੜਾ ਉਹ ਜੇ ਕੋਈ ਚੇਂਜ ਹੋਈ ਹੈ ਜਾਂ ਬੀਜੇਪੀ ਸੈਂਟਰ 'ਚ ਕਮਜ਼ੋਰ ਕੀਤੀ ਗਈ ਹੈ, ਕੀਤੀ ਗਈ ਹੈ ਹੋਈ ਨਹੀਂ, ਮੈਂ ਕਹੀ ਲੋਕਾਂ ਨੇ ਨਹੀਂ ਕੀਤੀ ਹੋਈ, ਸਿਸਟਮ ਨੇ ਕੀਤੀ। ਹੋ ਸਕਦਾ ਕੋਈ ਟਿਕਾਣੇ ਲੈ ਕੇ ਆਉਣਾ ਹੋਵੇ, ਉਹਨਾਂ ਨੂੰ ਕੁਛ ਚੀਜ਼ਾਂ ਹੋਰ ਜਿਹੜੀਆਂ ਆਪਣੀ ਬਿਓਂਡ ਆਪਣੀ ਨੌਲੇਜ ਤੋਂ ਜਿਹੜੀਆਂ ਹੈਗੀਆਂ ਉਹ ਲਾਗੂ ਕਰਨੀਆਂ ਹੋਣ। ਹਰ ਚੀਜ਼ ਦਾ ਤਾਂ ਬਲਵਿੰਦਰ ਸਿੰਘ ਸਿੱਖੋ ਦਾ ਮਾਸਟਰ ਨਹੀਂ ਨਾ ਹੈਗਾ, ਮੈਂ ਤਾਂ ਜਨਰਲ ਗੱਲ ਕਰ ਰਿਹਾ ਵੀ ਜੋ ਚੀਜ਼ਾਂ ਦਿਖਾਈ ਦਿੰਦੀ ਉਹਨੇ ਆਪਾਂ ਕਰਦੇ ਹਾਂ, ਪਰ ਇਸ ਦੇ ਉੱਪਰ ਵੀ ਤਾਂ ਕੋਈ ਸਿਸਟਮ ਕੰਮ ਕਰ ਰਿਹਾ ਨਾ, ਮੋਦੀ ਹੋਰਾਂ ਨੂੰ ਵੀ ਕੋਈ ਚਲਾ ਰਿਹਾ, ਕੋਈ ਹੋਰ ਜਿਹੜਾ ਸਿਸਟਮ ਹੈ ਉਹਨਾਂ ਦੇ ਪਿੱਛੇ ਵੀ ਕੁਛ ਚੀਜ਼ਾਂ ਚੱਲ ਰਹੀਆਂ। ਵਰਲਡ ਜਿਹੜਾ ਹੈਗਾ ਬੈਂਕ ਹੈ ਉਹ ਇੱਕ ਬਹੁਤ ਵੱਡੀ ਇੱਕ ਲੋਕਾਂ ਨੂੰ ਪਤਾ ਹੋਣਾ ਚਾਹੀਦਾ ਵਰਲਡ ਬੈਂਕ ਹੀ ਹੈਗਾ, ਸਾਡਾ ਰਿਜ਼ਰਵ ਬੈਂਕ ਆਫ ਇੰਡੀਆ ਵਰਲਡ ਬੈਂਕ ਦੇ ਅੰਡਰ ਹੈ, ਵਰਲਡ ਬੈਂਕ ਜਿਹੜਾ ਹੈਗਾ ਜਿਹੜਾ ਇਹਦੀਆਂ ਫੈਮਿਲੀਜ਼ ਕੁਛ ਜਿਹੜੀਆਂ ਚਲਾ ਰਹੀਆਂ, ਜਿਹੜੀਆਂ ਡੀਪ ਸਟੇਟ ਦੀ ਗੱਲ ਕਰ ਲਓ ਜੋ ਮਰਜ਼ੀ ਕਹਿ ਲਓ, ਉਹ ਉਹਨਾਂ ਚੀਜ਼ਾਂ ਦੇ ਅੰਡਰ ਹੈਗਾ। ਤਾਂ ਇਹ ਤਾਂ ਬਹੁਤ ਵੱਡੀ ਕੰਸਪੀਰੇਸੀ ਹੈ ਜਿਹੜੀ ਇੱਕ ਗਲੋਬਲ ਇਹ ਕਹਿਣਾ ਚਾਹੁੰਦੇ ਜਾਂ ਇੱਕ ਮਤਲਬ ਵਰਲਡ ਦੇ ਵਿੱਚ ਜਿਹੜਾ ਹੈਗਾ ਇੱਕ ਸਰਕਾਰ ਇੱਕ ਨੇਸ਼ਨ ਬਣਾਉਣਾ ਚਾਹੁੰਦੇ ਆ, ਉਹ ਵੈਸੇ ਤਾਂ ਹੋਣਾ ਚਾਹੀਦਾ ਅਦਰਵਾਈਜ਼, ਕਿਉਂਕਿ ਪਰਮਾਤਮਾ ਨੇ ਬਣਾਇਆ ਹੋਇਆ, ਪਰ ਬੰਦੇ ਜੇ ਉਹਨੂੰ ਚਲਾਉਣਗੇ ਤਾਂ ਫਿਰ ਕੀ ਬਣੂਗਾ, ਉਹ ਤਾਂ ਕੁਦਰਤ ਵਿੱਚ। ਮੈਂ ਤਾਂ ਕਦੇ ਕਦੇ ਕਹਿੰਦਾ ਇਨਸਾਨ ਨੇ ਜਿੰਨੀ ਨਸ਼ਟ ਕਰ ਦਿੱਤੀ ਪ੍ਰਕਿਰਤੀ ਨੇਚਰ ਨੂੰ ਇਸ ਧਰਤੀ ਨੂੰ, ਤਾਂ ਕੁਛ ਸਮੇਂ ਵਾਸਤੇ ਇਹ ਪਲੈਨਟ ਜਿਹੜਾ ਕੋਈ 1000 ਲੱਖ ਵਾਸਤੇ ਇਨਸਾਨ ਤੋਂ ਜੇ ਮੁਕਤ ਹੋ ਜਾਵੇ ਤਾਂ ਸ਼ਾਇਦ ਦੁਬਾਰਾ ਇੱਕ ਵਾਰੀ ਫਿਰ ਉਵੇਂ ਕਿਤੇ ਜਿਵੇਂ ਪਹਿਲਾਂ ਜਦੋਂ ਰਿਵੋਲਿਊਸ਼ਨ ਆਈ ਹੈ ਇਨਸਾਨ ਪੈਦਾ ਹੋਇਆ ਉਸ ਤੋਂ ਪਹਿਲਾਂ ਦੇ ਜਿਹੜੇ ਹਾਲਾਤ ਆ ਭਾਵੇਂ ਨਹੀਂ ਹੈਗੇ, ਪਰ ਅੱਜ ਕੁਦਰਤ ਨੂੰ ਨਸ਼ਟ ਕਰ ਦਿੱਤਾ, ਤਾਂ ਇੱਕ ਵਾਰ ਕਹੀ ਜਿਹੜੀ ਇਹ ਪ੍ਰਜਾਤੀ ਸਾਡੀ ਜਿਹਨੂੰ ਆਪਾਂ ਇਨਸਾਨ ਕਹਿੰਦੇ ਹਾਂ, ਇਹਨੂੰ ਜੇ ਇਸ ਧਰਤੀ ਤੋਂ ਕੋਈ ਮੁਕਤੀ ਮਿਲ ਜਾਵੇ ਧਰਤੀ ਨੂੰ, ਤਾਂ ਹੋ ਸਕਦਾ ਹੈ ਇਹ ਧਰਤੀ ਜਿਹੜੀ ਹੈਗੀ ਕੋਈ ਨਾ ਕੋਈ ਸੁੱਖ ਦਾ ਸਾਹ ਲੈ ਕੇ ਮਤਲਬ ਕੋਈ ਆਉਣ ਵਾਲਾ ਸਮਾਂ ਚੰਗਾ ਹੋਵੇ, ਨਹੀਂ ਤਾਂ ਅਸੀਂ ਇਨਸਾਨਾਂ ਨੇ ਨਾਮ ਅਸੀਂ ਇਨਸਾਨ ਕਹਿੰਦੇ ਹਾਂ, ਅਸੀਂ ਇਸ ਧਰਤੀ ਦਾ ਬਹੁਤ ਵੱਡਾ ਨੁਕਸਾਨ ਕੀਤਾ, ਭਾਵੇਂ ਉਹਨੂੰ ਬਾਰਡਰਾਂ 'ਚ ਵੰਡ ਦਿੱਤਾ, ਭਾਵੇਂ ਉਹਨੂੰ ਆਪਣੇ ਪੈਸੇ ਦੀ ਲਸਟ ਵਾਸਤੇ ਵਪਾਰ ਕਰਨ ਵਾਸਤੇ ਜਾਂ ਜੋ ਵੀ ਹੈਗਾ ਦਵਾਈਆਂ ਵੇਚਣ ਵਾਸਤੇ ਇੰਡਸਟਰੀ ਚੱਲਦੀ ਹੈ, ਹੁਣ ਤਾਂ ਸਿੱਧੀ ਹੀ ਹੈ ਆਬਾਦੀ ਨਹੀਂ ਚਾਹੀਦੀ ਉਹਨਾਂ ਨੂੰ, 800 ਕਰੋੜ ਦੀ ਆਬਾਦੀ ਹੈ, ਕਹਿੰਦੇ ਸਾਨੂੰ ਤਾਂ ਚਾਹੀਦਾ 50 ਕਰੋੜ ਜਾਂ 100 ਕਰੋੜ। ਤਾਂ ਬਹੁਤ ਚੀਜ਼ਾਂ ਰਤਨ ਉੱਥੇ ਚਲੀਆਂ ਗਈਆਂ ਜਿਹੜੀਆਂ ਅੱਜ ਕਈਆਂ ਤਾਂ ਅਗਲਾ ਵੇਖਣ ਵਾਲਾ ਕਹਿੰਦਾ ਵੀ ਇਹ ਤਾਂ ਕਮਲੀ ਗੱਲ ਕਰਦਾ, ਕੁਛ ਚੀਜ਼ਾਂ ਸਾਹਮਣੇ ਆ ਜਾਣਗੀਆਂ, ਕਿਉਂਕਿ ਵਰਲਡ ਆਰਡਰ 30 ਤਾਂ ਆਪਣੇ ਕੋਲ ਸਾਲ ਹੀ 5-5.5 ਬਾਈ ਦੇ, ਸਾਰੇ ਲੋਕ ਤਾਂ ਨਹੀਂ ਮਾੜੇ ਹੋਣਗੇ ਸਿੱਖੋ ਸਾਹਿਬ, ਬਹੁਤ ਸਾਰੇ ਲੋਕ ਚੰਗੇ ਵੀ ਆ ਜਿਹੜੇ ਗੱਲ ਦੇਖੋ ਚੰਗਾ ਹੋਵੇ ਤਾਂ ਫਿਰ ਚੰਗਿਆਈ ਅਤੇ ਮਾੜੀ ਦਾ ਫਰਕ ਹੀ ਇਹ, ਆਪਾਂ ਕਿਵੇਂ ਦੇਖਦੇ ਹਾਂ ਚੰਗਾ ਜਾਂ ਮਾੜਾ, ਸੱਚ ਤਾਂ ਝੂਠੀ ਹੈ ਨਾ, ਜੇ ਕੋਈ ਸੱਚ ਬੋਲ ਕੇ ਗੱਲ ਨੂੰ ਆਪ ਕਹਿਣ ਦੀ ਕੋਸ਼ਿਸ਼ ਕਰੂਗਾ ਤਾਂ ਚੰਗਾ ਹੋਊਗਾ, ਦੱਸੋ ਮੈਨੂੰ ਅੱਜ ਕੌਣ ਸੱਚ ਬੋਲ ਰਿਹਾ, ਠੀਕ ਹੈ। ਮੈਨੂੰ ਤਾਂ ਆਪਣੇ 'ਤੇ ਵੀ ਕਈ ਵਾਰੀ ਹੈਰਾਨੀ ਹੁੰਦੀ ਵੀ ਮੇਰੇ ਕੋਲ ਸੱਚ ਜਿਹੜਾ ਆ ਰਿਹਾ ਮੈਨੂੰ ਕੁਦਰਤ ਦਾ ਕਿਹੜਾ ਹਿੱਸਾ ਬੁਲਵਾ ਰਿਹਾ, ਮੈਂ ਕਿਹੜਾ ਐਡਾ ਕੋਈ ਬਹੁਤ ਪਾਕ ਪਵਿੱਤਰ ਜਾਂ ਮਤਲਬ ਮੈਂ ਕਹਿੰਦਾ ਸਿਸਟਮ 'ਚ ਉੱਠ ਗਿਆ ਹੋਇਆ ਆਦਮੀ, ਪਰ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਕੁਦਰਤ ਕਰਵਾਉਂਦੀ ਇਹ ਹੋਣੀਆਂ ਚਾਹੀਦੀਆਂ,
ਇਹ ਵਰਤਾਰਾ ਜਿਹਨਾਂ 'ਚ ਹੋਊਗਾ ਨਹੀਂ, ਕੁਛ ਇਹੋ ਜਿਹੇ ਲੋਕ ਨਹੀਂ ਜਾਗਣਗੇ ਜਿਹਨਾਂ ਨੂੰ ਮਤਲਬ ਸੱਚ ਬੋਲਣ ਲੱਗਿਆਂ ਡਰ ਨਹੀਂ ਆਊਗਾ। ਪਰ ਜਿਹੜੀ ਇੱਕ ਲੋਕ ਆ, ਜਿਵੇਂ MPਆਂ ਦੀ ਜੇ ਅਸੀਂ ਗੱਲ ਕਰਦੇ ਹਾਂ, ਜਿਵੇਂ ਹੁਣ ਇੱਕ ਚੱਲ ਰਿਹਾ ਵੀ ਜਿੰਨੇ ਪੰਜਾਬ ਦੇ MP ਚੁਣੇ ਗਏ ਆ ਉਹ ਸਾਰੇ ਬੋਲ ਰਹੇ ਆ ਸੈਂਟਰ ਦੇ ਖਿਲਾਫ਼ ਬੋਲ ਰਹੇ ਆ, ਜਿਵੇਂ ਪੰਜਾਬ ਨੂੰ ਬਜਟ 'ਚ ਨਹੀਂ ਕੁਝ ਦਿੱਤਾ ਗਿਆ, ਵੀ ਉਹ ਕਹਿੰਦੇ ਵੀ ਅਸੀਂ ਤਾਂ ਮੰਗਾਂ ਉਠਾ ਰਹੇ ਹਾਂ ਪੰਜਾਬ ਦਾ, ਹੋਰ ਅਸੀਂ ਕੀ ਕਰ ਦਈਏ। ਨਹੀਂ ਹੋਰ ਕਿਉਂ ਨਹੀਂ, ਕਿਉਂ ਨਹੀਂ ਕਰ ਸਕਦੇ ਗੱਲ, ਫਿਰ ਤੁਸੀਂ ਮੰਗਾਂ ਹੀ ਉਠਾਉਣੀਆਂ ਹੈਗੀ, ਫਿਰ ਮੰਗਾਂ ਤਾਂ ਬਲਵਿੰਦਰ ਸਿੰਘ ਸੇਖੋਂ ਇੱਥੇ ਬਿਨਾਂ MP ਬਣ ਕੇ ਉਠਾਈ ਜਾਂਦਾ, ਗੱਲ ਤਾਂ ਮੇਰੀ ਵੀ ਜਾ ਰਹੀ, ਲੋਕ ਚਾਰ ਸੁਣਨਗੇ ਨਾ, ਫਿਰ ਕੀ ਇਹਨਾਂ ਦੀ ਵੈਲਿਊ ਕੀ ਹੈਗੀ ਹੈ ਜੇ ਉੱਥੇ ਆਪਣਾ ਕੋਈ ਪਾਰਟੀ ਵੱਲੋਂ ਕੋਈ ਹੋਰ ਸਿਸਟਮ ਕਰਕੇ ਤਾਂ ਵਿਖਾਉਣ, ਕਿਉਂਕਿ ਕੀਤਾ ਹੀ ਨਹੀਂ ਕਦੇ ਕਿਸੇ ਨੇ। ਮੰਗਾਂ ਉਠਾਉਣਾ ਹੀ ਇੱਕ ਮਤਲਬ ਸਮਝ ਲਿਆ ਜਾਂਦਾ, ਮੁੱਦੇ ਉਠਾਉਂਦੇ ਜੀ, ਸੁਖਪਾਲ ਖਹਿਰਾ ਜੀ ਮੁੱਦੇ ਉਠਾਉਂਦਾ, ਮੁੱਦੇ ਉਠਾਉਣਾ ਕੋਈ ਧੰਦਾ, ਠੀਕ ਹੈ, ਤੁਸੀਂ ਕਿਸੇ ਪਾਸੇ ਲੈ ਕੇ ਗਏ ਕਿਸੇ ਗੱਲ ਨੂੰ। ਮੈਂ ਆਪਣੇ ਬਾਰੇ ਕਹਿੰਦਾ 3-4 ਚੀਜ਼ਾਂ, ਅਸੀਂ ਜੇਲ੍ਹ ਤੱਕ ਪਜਾਏ ਬੈਂਸ, ਆਸ਼ੂ ਹੁਰੀ, ਕੁਛ ਹੋਰ ਕੰਮ ਸੀਗੇ, ਠੀਕ ਹੈ, ਇਹ ਸਿਰੇ ਲੱਗੀਆਂ ਹੋਈਆਂ ਗੱਲਾਂ ਨਾ, ਅਤੇ ਸਿਰੇ ਕੌਣ ਲਾਉਂਦਾ, ਕੋਈ ਵੀ ਨਹੀਂ, ਇਹ ਜਾ ਕੇ ਗੱਲ ਕਰ ਲੈਣੀ, ਫਿਰ ਲੋਕਾਂ ਅੱਗੇ ਕਲੇਮ ਕਰਨਾ, ਅਤੇ ਲੋਕ ਉਹ ਵੀ ਲੋਕ ਸਭ ਜਾਣਦੇ, ਕੋਈ ਵੋਟ ਵਾਟ ਨਹੀਂ ਪਾਉਂਦਾ ਤੁਹਾਨੂੰ, ਠੀਕ ਹੈ, ਚੰਗੀ ਤਸੱਲੀ ਇਹਨਾਂ ਦੀ ਵੀ ਹੋਈ ਹੈ, ਪਰ ਸਿਸਟਮ ਦੇ ਵਿੱਚ ਜਦੋਂ ਫਿੱਟ ਬਹਿੰਦੇ ਆ ਫਿਰ ਮਤਲਬ ਇਹਨਾਂ ਦੀਆਂ ਸਾਰੀਆਂ ਰਿਪੋਰਟਾਂ ਬੰਦ ਹੋ ਜਾਂਦੀਆਂ। ਮੇਰੇ ਬਾਰੇ ਸੁਖਪਾਲ ਖਹਿਰੇ ਬਾਰੇ ਕਿਹਾ ਸੀ, ਸ਼ਰੇਆਮ ਜੋ ਇਹ ਚਾਰਜਸ਼ੀਟ ਦਾਖਲ ਕੀਤੀ ਇਹਨਾਂ ਨੇ ED ਨੇ, ਬਚ ਕੇ ਤਾਂ ਵਿਖਾਵੇ, ਪਰ ਗੱਲ ਹੈ ਵੀ ਫੜਨਾ ਕਿਹਨੇ ਹੈ, ਠੀਕ ਹੈ, ਸਜ਼ਾਵਾਂ ਕਿਹਨੇ ਕਰਨੀਆਂ, ED ਨੇ ਚਾਰਜਸ਼ੀਟ ਕਰਤਾ, ਉਹਦੇ ਪਿੱਛੇ ਕੀ ਖੇਡ ਹੋਊਗੀ ਮੈਨੂੰ ਨਹੀਂ ਪਤਾ। ਉਦੋਂ ਬਾਅਦ ਅੱਗੇ ਤਾਂ ਅਦਾਲਤਾਂ, ਅਦਾਲਤਾਂ ਤੋਂ ਭਾਵੇਂ 20 ਸਾਲ, 30 ਸਾਲ, 40 ਸਾਲ ਲੈ ਜਾਓ, ਸਾਡੀਆਂ ਹਾਈ ਕੋਰਟਾਂ, ਸਾਡੀਆਂ ਸੈਸ਼ਨ ਕੋਰਟਾਂ ਜਿਹੜੀਆਂ, ਜਾਂ ਸਾਡੀਆਂ ਸੁਪਰੀਮ ਕੋਰਟ ਤੱਕ ਵੀ ਲੈ ਲਓ, ਉੱਥੇ ਮਤਲਬ ਜੋ ਕੋਈ ਤਕੜੇ ਬੰਦੇ ਦਾ ਰਾਜ ਹੈ, ਜਿਹੜੇ ਦੇ ਪੱਲੇ ਕੁਛ ਹੈਗਾ ਉਹਨਾਂ ਵਾਸਤੇ ਇਨਸਾਫ 24 ਘੰਟੇ ਮਿਲਦਾ, ਅਤੇ ਬਾਕੀ ਤਾਂ 6 ਮਹੀਨੇ ਦੀ ਡੇਟ ਆ, ਜਿਹੜੀ ਭਾਵੇਂ 20 ਸਾਲ ਪਵੇ, 25 ਸਾਲ ਪਵੇ, ਕੁਛ ਜਿਹੜੇ ਕੇਸ ਹੈ ਨਾਲ ਦੀ ਨਾਲ ਖੁੱਲ੍ਹਦੇ ਆ, ਕੁਛ ਲੋਕ ਜਿਹੜੇ ਹੈਗੇ 15-15 ਸਾਲ ਉਡੀਕਦੇ ਆਪਾਂ ਨੂੰ ਆਪਦੀ ਵਾਰੀ ਨੂੰ, ਅਤੇ ਫਿਰ ਕੋਈ ਪੁੱਛਣ ਵਾਲਾ ਤਾਂ ਹੈ ਨਹੀਂ ਗਾ ਕੋਈ, ਫਿਰ ਢਾਂਚਾ ਚੱਲੂਗਾ ਕਿਵੇਂ, ਅਤੇ ਚੱਲ ਕਦੋਂ ਰਿਹਾ, ਸਾਰਾ ਕੁਛ ਕਲੈਪਸ ਤਾਂ ਹੋਇਆ ਹੋਇਆ, ਠੀਕ ਹੈ, ਕੁਛ ਚੀਜ਼ਾਂ ਹੁਣ ਤੁਰੇ ਫਿਰਦੇ ਜਿਉਂਦੇ ਗੁਲਾਮ ਜਿਹੜੇ ਹੈਗੇ ਆ, ਇਹਨਾਂ ਨੂੰ ਵੇਖ ਕੇ ਜੇ ਆਪਾਂ ਕਹੀਏ ਕਿ ਇਹ ਮਤਲਬ ਸਭ ਕੁਛ ਚੱਲ ਰਿਹਾ, ਇਹ ਤਾਂ ਫਿਰ ਚੱਲਦਾ ਹੀ ਹੁੰਦਾ, ਆਫਟਰ ਆਲ ਪ੍ਰਕਿਰਤੀ ਆ, ਸਾਹ ਪਾਏ ਪਰਮਾਤਮਾ ਨੇ, ਉਹ ਚੀਜ਼ਾਂ ਤਾਂ ਚੱਲਣੀਆਂ, ਪਰ ਜੋ ਚੱਲਣਾ ਚਾਹੀਦਾ ਉਹ ਨਹੀਂ ਚੱਲ ਰਿਹਾ, ਉਹ ਬਹੁਤ ਬਹੁਤ ਦੂਰ ਚਲੀ ਗਈ ਉਹ ਗੱਲ ਜਿਹੜੀ ਹੁਣ ਅੱਜ ਦਿਖਾਈ ਦਿੰਦੀ, ਕਿਉਂਕਿ ਠੀਕ ਹੋਣ ਵਾਲੇ ਪਾਸੇ ਜਿਹੜਾ ਕੋਈ ਕਦਮ ਪੱਟਣ ਨੂੰ ਕੋਈ ਤਿਆਰ ਹੀ ਨਹੀਂ ਹੈਗਾ, ਜਿੰਨਾ ਚਿਰ ਨਹੀਂ ਲੋਕ ਕੁਛ ਉੱਠਣਗੇ, ਘੱਟੋ ਘੱਟ ਬੋਲਣਾ ਤਾਂ ਕੋਈ ਸ਼ੁਰੂ ਕਰੇ ਨਾ, ਫਿਰ ਕੋਈ ਸਮਾਂ ਆਊਗਾ, 5 ਸਾਲ ਲੱਗਣ, 10 ਸਾਲ ਲੱਗਣ, ਬੋਲਣ ਵਾਲੇ ਤਾਂ ਇੱਕ ਪਾਸੇ ਇਕੱਠੇ ਹੋਣ, ਪਰ ਜੇ ਉੱਠਣਗੇ ਉਹਨਾਂ ਨੂੰ ਵੀ ਮਤਲਬ ਸੱਤਾ ਦੇ ਵਿੱਚ ਜਾਂ ਉਸ ਹਿਸਾਬ ਨਾਲ ਪਾਵਰ ਦੇ ਵਿੱਚ ਤਾਂ ਆਉਣੀ ਪਊ, ਇਹ ਤਾਂ ਗੱਲ ਹੁਣ ਫਿਕਸ ਹੀ ਕਰਨੀ, ਪਾਵਰ ਦੇ ਵਿੱਚ ਆਉਣਾ ਫਿਰ ਅਲੱਗ ਗੱਲ, ਪਾਵਰ 'ਤੇ ਤਾਂ ਆਉਣ ਦੇਣਗੇ ਜੇ ਤੁਸੀਂ ਉਹਨਾਂ ਦੇ ਨਾਲ ਕੋਈ ਨਾ ਕਿਸੇ ਐਗਰੀਮੈਂਟ 'ਤੇ ਆਓਗੇ ਤਾਂ, ਠੀਕ ਹੈ, ਉਹਦੇ ਵਾਸਤੇ ਮੈਂ ਤੈਨੂੰ ਪਹਿਲਾਂ ਹੀ ਗੱਲ ਕਰਕੇ ਹਟਿਆ ਵੀ ਦੇਖਾਂਗੇ ਕੁਛ ਲੱਗਦਾ ਹੋਇਆ ਵੀ ਕਿ ਚੀਜ਼ ਡਿਲੀਵਰ ਹੋ ਸਕਦੀ ਹੈ ਇਸ ਤਰੀਕੇ ਨਾਲ, ਇਸ ਰਸਤੇ ਜਾ ਕੇ ਤਾਂ ਉਹ ਵੀ ਕਰਨੀ ਕੋਸ਼ਿਸ਼, ਲੋਕ ਇਕੱਠੇ ਹੋ ਕੇ ਵਿਰੋਧ ਵਿਦਰੋਹ ਹੀ ਕਰਦੇ ਨੇ, ਮਤਲਬ ਇਦਾਂ ਦੇਖੋ ਰੈਗੂਲੇਸ਼ਨਸ ਕੀ ਹੁੰਦੀਆਂ, ਇਹ ਵੀ ਇਹੀ ਹੋਈਆਂ, ਜਦੋਂ ਲੋਕਾਂ ਨੂੰ ਕਲੀਅਰ ਹੋ ਗਿਆ ਗੱਲਾਂ ਵੀ ਸਾਡੇ ਕੋਲ ਕੁਛ ਨਹੀਂ ਹੈਗਾ, ਉਦੋਂ ਫਿਰ ਲੋਕ ਉੱਠਣ, ਲੋਕਾਂ ਦੇ ਰੋਹ ਅੱਗੇ ਤਾਂ ਇਹਨਾਂ ਕੋਲ ਕੁਛ ਨਹੀਂ ਹੈਗਾ, ਇਹਨਾਂ ਕੋਲ ਇੱਕ ਫੋਰਸਿਸ ਹੈ, ਕੁਛ ਵੀ ਹੈ, ਇੱਕ ਲਿਮਿਟਡ ਸਿਸਟਮ ਹੈ ਜਿਹੜਾ ਉਹਨਾਂ ਨੇ, ਕੋਈ ਵਰਦੀਆਂ ਪਵਾ ਕੇ ਜੋ ਕੋਈ ਮਿਲਟਰੀ ਹੈ ਉਹ ਇਹਨਾਂ ਦੇ ਇੱਕ ਕਿੰਨਾ ਕੁ ਹਿੱਸਾ ਹੁੰਦਾ ਲੋਕਾਂ ਦਾ, ਠੀਕ ਹੈ, ਪਰ ਜਦੋਂ ਲੋਕ ਜਾਗੇ ਹੋਣ ਫਿਰ ਇਹ ਹਿੱਸੇ ਜਿਹੜਾ ਕਿਤੇ ਨਹੀਂ, ਮੈਂ ਇਹ ਤਾਂ ਨਹੀਂ ਕਹਿ ਰਿਹਾ ਕਿ ਲੋਕ ਅੱਜ ਉੱਠ ਕੇ ਇਸ ਲੈਵਲ ਹੋ ਜਾਣਗੇ, ਪਰ ਜੇ ਹਾਲਾਤ ਇਵੇਂ ਬਣਦੇ ਰਹੇ ਤਾਂ ਫਿਰ ਲੋਕਾਂ ਕੋਲ ਇਹ ਇਸ ਤੋਂ ਇਲਾਵਾ ਚਾਰਾ ਹੀ ਨਹੀਂ ਰਹਿਣਾ, ਉਹ ਅੱਜ ਕੱਲ੍ਹ ਨੂੰ 20 ਨੂੰ ਆਉਂਦੀ ਹੈ, 30 ਨੂੰ, 40 ਨੂੰ, 50 ਨੂੰ ਆਉਂਦੀ ਜਾਂ ਨਹੀਂ ਆਉਂਦੀ ਹੈ, ਉਹ ਵੱਧ ਦੀ ਗੱਲ ਹੈ, ਕਿਉਂਕਿ ਇੰਨਾ ਜ਼ਿਆਦਾ ਆਕੂਪਾਈ ਕਰ ਲਿਆ ਸਿਸਟਮ ਨੇ ਤੁਹਾਨੂੰ ਰੋਟੀ ਦੀ ਖੇਡ ਦੇ ਵਿੱਚ, ਠੀਕ ਹੈ, ਜਿਹੜੇ ਬੰਦੇ ਨੇ ਕਿਸ਼ਤਾਂ ਭਰਨੀਆਂ, ਮਕਾਨ ਹੈ, ਬੱਚਿਆਂ ਦੀ ਪੜ੍ਹਾਈ ਹੈ, ਜਿਹਦੇ ਕੋਲ ਬੇਸਿਕ ਸਹੂਲਤਾਂ ਦੇ ਵਿੱਚੋਂ ਹੀ ਨਹੀਂ ਨਿਕਲ ਸਕਦਾ, ਕਿੱਥੋਂ ਰੈਵੋਲੂਸ਼ਨ ਕਰ ਲਊਗਾ। ਤਾਂ ਇਸ ਤੋਂ ਖਤਰਨਾਕ ਸਮਾਂ ਧਰਤੀ 'ਤੇ ਜਿਹੜਾ ਨਹੀਂ ਰਿਹਾ, ਪਹਿਲਾਂ ਵੀ ਜਿਹੜੀਆਂ ਰੈਗੂਲੇਸ਼ਨ ਆਈਆਂ ਜਾਂ ਜੋ ਕ੍ਰਾਂਤੀਆਂ ਹੋਈਆਂ ਉਦੋਂ ਮੇਰਾ ਖਿਆਲ ਹੈ ਇਸ ਤੋਂ ਕਿਤੇ ਠੀਕ ਹਾਲਾਤ ਹੋਣਗੇ ਜਦੋਂ ਲੋਕ ਉੱਠ ਕੇ ਸਾਹਮਣੇ ਖੜ੍ਹੇ ਹੋ ਗਏ। ਅਤੇ ਹੁਣ ਉਮੀਦ ਜਿਹੜੀ ਹੈਗੀ ਹੈ ਬਹੁਤ ਮੁਸ਼ਕਲ ਹੈ, ਇਸੇ ਦੀ ਕੜੀ 'ਚ ਤੁਸੀਂ ਕਿਹਾ ਸੀ, ਮੈਂ ਵੀ ਸੋਚਦਾ ਵੀ ਚਲੋ ਜਿਹੜਾ ਬਾਕੀ ਬਚਦਾ ਜੀਵਨ ਹੈ ਥੋੜ੍ਹਾ ਆਰਾਮ ਨਾਲ ਕੋਸ਼ਿਸ਼ ਕਰਦੇ ਹਾਂ, ਜੇ ਸਮਾਂ ਆਊਗਾ, ਜੇ ਲੱਗਦਾ ਹੋਊਗਾ ਵੀ ਕੁਛ ਚੀਜ਼ਾਂ ਕਹੀਆਂ ਜਾਣੀਆਂ ਜ਼ਰੂਰੀ ਹੈ, ਤਾਂ ਜਦੋਂ ਤੁਹਾਡੇ ਵਰਗੇ ਲੋਕ ਕਿਤੇ ਕੰਟੈਕਟ ਕਰ ਹੀ ਲੈਂਦੇ ਆ, ਤਾਂ ਹੁਣ ਮੈਂ ਆਪਣੀ ਕੋਸ਼ਿਸ਼ ਅੱਗੇ ਵਾਂਗੂ ਤਾਂ ਨਹੀਂ ਮੈਂ ਜਾਰੀ ਰੱਖ ਸਕਦਾ, ਕਿਉਂਕਿ ਆਫਟਰ ਆਲ ਮੈਂ ਇਕੱਲੇ ਬੰਦੇ ਨੇ, ਪਿਛਲੇ 5-6 ਸਾਲਾਂ 'ਚ ਆਪਣਾ ਨੁਕਸਾਨ ਬਹੁਤ ਹੋਇਆ, ਤਾਂ ਇਸ ਕਰਕੇ ਸਮਰੱਥ ਨਹੀਂ। ਹਾਂ, ਜੇ ਮੈਂ ਫਾਈਨੈਂਸ਼ਲੀ ਤਕੜਾ ਹੁੰਦਾ ਕਿਤੇ ਫਿਰ ਮੈਂ ਬਹੁਤ ਤੰਗ ਕਰਦਾ ਇਹਨਾਂ ਨੂੰ,
ਤੋ ਚੰਗੀ ਗੱਲ ਹੈ ਕਿ ਮੈਂ ਇਹਨਾਂ ਚੀਜ਼ਾਂ ਦੇ ਵਿੱਚ ਘੱਟ ਹੈ, ਤਾਂ ਉਸ ਕਰਕੇ ਮੇਰੀ ਜ਼ਿੰਦਗੀ ਵੀ ਬਚੀ ਹੋਈ ਨਾਲ, ਜੇ ਤੰਗ ਕਰਦਾ ਤਾਂ ਤੰਗ ਹੋਣਾ ਵੀ ਸੀਗਾ, ਤੋ ਇਸ ਕਰਕੇ ਦੋਵੇਂ ਚੀਜ਼ਾਂ ਦੇ ਵਿੱਚ ਆਪਾਂ ਦੇ ਹਰ ਇੱਕ ਦਾ ਚੰਗਾ ਪੱਖ ਹੁੰਦਾ, ਪਰ ਉਮੀਦ ਕਰਦੇ ਹਾਂ ਬਾਬੇ ਨਾਨਕ ਦੀ ਧਰਤੀ। ਮੈਂ ਆਪਣੀ ਹਮੇਸ਼ਾ ਗੱਲ ਜਿਹੜੀ ਹੈਗੀ ਹੈ ਖਤਮ ਕਰਨ ਤੋਂ ਕਹਿੰਦਾ ਹੁੰਦਾ ਵੀ ਆਫਟਰ ਆਲ ਗੁਰੂਆਂ ਪੀਰਾਂ ਬਾਬੇ ਨਾਨਕ ਦੀ ਧਰਤੀ ਹੈ, ਇਦੋਂ ਵੱਧ ਹੋਰ ਕਿੰਨਾ ਕੁ ਮਾੜਾ ਇਹ ਡਿਜ਼ਰਵ ਕਰਦੀ ਹੈ, ਇਹ ਦੇਖਣਾ ਹੋਊਗਾ। ਅਤੇ ਪਰਮਾਤਮਾ ਅੱਗੇ ਦੁਆ ਹੈ ਕਿ ਇਹ ਪੰਜਾਬ ਜਿਹੜਾ ਹੈਗਾ ਫਿਰ ਕਿਤੇ ਵਸੇ, ਉਹੀ ਪੰਜਾਬ ਜਿਹੜਾ ਅਸੀਂ ਆਪਣੇ ਬਚਪਨ 'ਚ ਵੇਖਿਆ ਸੀ ਉਹੀ ਵਾਪਸ ਆ ਜਾਏ, ਤਾਂ ਅਸੀਂ ਤਾਂ ਉਸ ਨਾਲ ਹੀ ਬਹੁਤ ਖੁਸ਼ ਹੈ। ਠੀਕ ਹੈ ਕਿ ਬਹੁਤ ਪਿੱਛੇ ਚਲੇ ਗਏ ਅਸੀਂ, ਬਿਲਕੁਲ ਜਿਹੜੀ ਤਬਾਹੀ ਦਿਖਾਈ ਦਿੰਦਾ ਹੈ ਵੇਖਣ ਨੂੰ ਇਹ ਤਰੱਕੀ, ਪਰ ਇਹਦੇ ਵਿੱਚ ਜੋ ਤਬਾਹ ਹੋਇਆ ਉਹ ਇਨਸਾਨ ਇਨਸਾਨੀਅਤ ਸਰਫ ਹੋ ਗਈ ਹੈ। ਜਿਹੜਾ ਇਹ ਕਿਰਾਇਆ ਯਾਰ ਵੀ ਇੰਨੇ ਹਾਈਵੇ ਨਿਕਲ ਗਏ ਜੀ, ਇੰਨਾ ਕੁਛ ਹੋ ਗਿਆ, ਇੰਨਾ ਸਾਡੀਆਂ ਸੰਧੀਆਂ ਹੋਰ ਇੰਨਾ ਗਈਆਂ, ਆਹ ਕੁਛ ਹੋ ਰਿਹਾ ਬਸ, ਤੁਸੀਂ ਫਿਰ ਦੇਖਦੇ ਨਾ ਬਾਕੀ ਇਹਦੇ ਆਊਟਕਮ ਕੀ ਹੈਗੇ ਆ, ਨਵੀਂ ਜਨਰੇਸ਼ਨ ਕਿੱਥੇ ਖੜੀ ਹੈ, ਮਾਈਗ੍ਰੇਸ਼ਨ ਹੋਈ ਵੀ ਆ ਬਾਹਰ ਅੰਦਰ, ਤੁਸੀਂ ਵੀ ਗੇੜੇ ਲਾਉਂਦੇ ਰਹਿੰਦੇ ਹੋ, ਕੀ ਹਾਲ ਸਾਡੇ ਆਸਟ੍ਰੇਲੀਆ ਬੈਠੇ ਬੱਚਿਆਂ ਦਾ, ਕੀ ਹਾਲ ਨਿਊਜ਼ੀਲੈਂਡ ਵਾਲਿਆਂ ਦਾ, ਕੀ ਹਾਲ ਉੱਥੋਂ ਅਮਰੀਕਾ ਅਤੇ ਕੈਨੇਡਾ 'ਚ ਬੈਠੇ ਲੋਕਾਂ ਦਾ ਹੈਗਾ। ਟੁੱਟ ਗਈ ਨਾੜ ਤਾਂ ਟੁੱਟ ਗਈ ਉਹਨਾਂ ਦੀ, ਠੀਕ ਹੈ, ਬੇਸ ਨਾਲ ਤਾਂ ਟੁੱਟ ਗਏ, ਅਤੇ ਸਾਜਿਸ਼ ਇਹੀ ਸੀਗੀ, ਅਤੇ ਘਰ ਰਹਿ ਕੀ ਗਿਆ, ਜ਼ਮੀਨਾਂ ਵੇਚਣ ਵਾਸਤੇ ਆਉਣਗੇ ਇਸ ਤੋਂ ਬਾਅਦ, ਅਤੇ ਜੋ ਰਹਿੰਦਾ ਹੁੰਦਾ ਇੱਥੇ ਤਾਂ ਬਿਲਕੁਲ ਉਹੀ ਕਾਰਪੋਰੇਟ ਦਾ ਰਾਜ ਹੋਣਾ, ਅਤੇ ਇੱਥੇ ਜਿਹੜੇ ਕੋਈ ਬਚਣਗੇ ਉਹ ਜਿਹਨਾਂ ਦੀ ਮਜਬੂਰੀ ਹੋਊਗੀ ਉਹ ਟਿਫਨ ਲੈ ਕੇ ਕੰਮ ਕਰਨ ਜਾਇਆ ਕਰਨਗੇ, ਜਿਹੜੇ ਸਾਡੇ ਵਰਗਿਆਂ ਨੇ ਪਤਾ ਵੀ ਕੋਈ ਲੋੜ ਨਹੀਂ ਹੈਗੀ ਕਿਸੇ ਸਿਸਟਮ ਦੇ ਨਾਲ, ਸਾਨੂੰ ਉਹ ਜਿਹਾ ਸਮਝੌਤਾ ਕਰਦੇ, ਅਸੀਂ ਆਰਾਮ ਨਾਲ ਆਪਣਾ ਬਹਿ ਸਕਦੇ ਹਾਂ, ਆਹੀ ਹੈ ਨਾ, ਹੋਰ ਤਾਂ ਮੱਥਾ ਤੱਕ ਜਿਹੜਾ ਲਾਇਆ ਨਹੀਂ ਜਾ ਸਕਦਾ, ਆਰਾਮ ਨਾਲ ਬੈਠਿਆ ਜਾ ਸਕਦਾ, ਤਾਂ ਉਹ ਉਚਿਤ ਸਮਾਂ ਜਿਹੜਾ ਹੈਗਾ ਉਮੀਦ ਕਰਦੇ ਹਾਂ ਪਰਮਾਤਮਾ ਲੈ ਕੇ। ਪਰ ਇੱਦਾਂ ਤਾਂ ਨਹੀਂ ਜਿਵੇਂ ਹੁਣ ਬਹੁਤ ਸਾਰੇ ਲੋਕਾਂ ਨੇ, ਚਲੋ ਨਹੀਂ ਪਤਾ ਵੀ ਐਕਚੁਅਲ ਦੇ ਵਿੱਚ ਕੀ ਸਿਚੁਏਸ਼ਨ ਆ, ਕਈ ਵਾਰੀ ਨਹੀਂ ਵੀ ਬੰਦਾ ਦਾ ਵੀ ਕੋਈ ਕੇਸ ਨੂੰ ਲੈ ਕੇ ਜਾਂ ਹੋਰ ਕੋਈ ਦਬਾਅ ਤੁਹਾਡੇ 'ਤੇ ਪਾਇਆ ਗਿਆ ਹੋਵੇ ਵੀ ਚੁੱਪ ਕਰ, ਨਹੀਂ ਮੇਰੇ 'ਤੇ ਚੁੱਪ ਕਰਨ ਦਾ ਮੈਂ ਚੁੱਪ ਤਾਂ ਕੀਤਾ ਹੀ ਨਹੀਂ, ਤੁਸੀਂ ਅੱਜ ਗੱਲ ਕੀਤੀ, ਦੱਸ ਦਿਓ ਮੈਂ ਕੋਈ ਗੱਲ ਲੁਕਾਈ ਹੈ ਤਾਂ, ਮੈਂ ਨਹੀਂ ਸਾਹਮਣੇ ਆਇਆ ਕੋਈ ਡਰਦੇ ਦਿੰਦਾ ਥੋੜ੍ਹਾ ਸੀ, ਅੱਜ ਵੀ ਬਾਈ ਚਾਂਸ ਤੁਸੀਂ ਜੇ ਕੋਸ਼ਿਸ਼ ਵੱਧ ਨਾ ਕਰਦੇ ਆਪਣੀ ਮੁਲਾਕਾਤ ਨਹੀਂ ਹੋਣੀ ਸੀਗੀ, ਤਾਂ ਇਸ ਕਰਕੇ ਕੋਈ ਚੱਕਰ ਨਹੀਂ ਹੈਗਾ, ਮੈਂ ਜਦੋਂ ਬੈਠੂੰਗਾ ਤਾਂ ਫਿਰ ਮੈਂ ਆਪਦੀ ਗੱਲ ਪੂਰੀ ਕਰੂੰਗਾ, ਅਤੇ ਮੈਂ ਕੋਸ਼ਿਸ਼ ਨਹੀਂ ਕਰਦਾ ਕਿ ਮੇਰੀ ਆਦਤ ਹੁੰਦੀ ਸੀ ਵੀ ਕਿਸੇ ਨਾਲ ਕੰਟੈਕਟ ਵੀ ਕਰ ਲਈਦਾ ਸੀ, ਕਿਸੇ ਨੂੰ ਕਹਿ ਵੀ ਲਈਦਾ ਸੀ ਵੀ ਭਾਈ ਆਪਣੀ ਗੱਲ ਲੋਕਾਂ ਤੱਕ ਦੂਰ ਤੱਕ ਜਾਵੇ, ਅਤੇ ਕੋਈ ਗੱਲ ਨਹੀਂ ਜਿੰਨੀ ਕੁ ਜਾਣੀ ਹੈ, ਜਿੰਨੀ ਕੁ ਪਰਮਾਤਮਾ ਨੇ ਲੈ ਕੇ ਜਾਣੀ ਆ, ਥੋੜ੍ਹਾ ਉਹਦੇ 'ਚ ਕਰਨਾ ਪਊਗਾ ਕਿਉਂਕਿ ਸਿਸਟਮ ਖਤਰਨਾਕ ਤਰੀਕੇ ਨਾਲ ਹਾਵੀ ਹੋਇਆ ਵਿਆ, ਅਤੇ ਇਕੱਲੇ ਦੇ ਇਕੱਲੇ ਬੰਦੇ ਦੇ ਵਾਸਤੇ ਅੱਜ ਦੀ ਘੜੀ ਵਿੱਚ ਔਖਾ ਲੱਗਦਾ। ਹਾਂ, ਕਿਸੇ ਟਾਈਮ ਕੁਛ ਲੋਕ ਬਾਹਰੋਂ ਜਾਗ ਜੋ ਕੇ ਆ ਕੇ ਅਤੇ ਸਾਡੇ ਵਰਗੇ ਬੰਦਿਆਂ ਨਾਲ ਮਦਦ ਕਰਕੇ ਖੜੇ ਕਰ ਲੈਣ, ਤਾਂ ਫਿਰ ਲੜਨ ਵਾਸਤੇ ਤਾਂ ਅਸੀਂ ਬੈਠੇ ਹੀ ਹੈਗੇ, ਮੈਂ ਤਾਂ ਇਕੱਲਾ ਹੀ ਨਿਕਲ ਪੈਣਾ ਸੀ ਪੰਜਾਬ 'ਚ ਜੇ ਸਮਰਥ ਹੁੰਦਾ ਤਾਂ ਜੀ, ਤਾਂ ਇਸ ਕਰਕੇ ਦੇਖਦੇ ਹਾਂ, ਇਹ ਉਮੀਦ ਰੱਖਦੇ ਹਾਂ। ਮੈਂ ਅੱਗੇ ਵੀ ਜਦੋਂ ਮੈਂ ਜ਼ਿਲ੍ਹੇ ਭੇਜਿਆ ਸੀ ਅਪੀਲ ਕੀਤੀ ਸੀ, ਹੁਣ ਵੀ ਕਹਿੰਦਾ ਵੀ ਬਾਹਰਲੇ ਬੰਦੇ ਆ ਕੇ ਜੇ ਸਾਨੂੰ ਇਸ ਤਰ੍ਹਾਂ ਦੀ ਸਪੋਰਟ ਕਰ ਦੇਣ ਕੋਈ, ਜਿਹਦੇ ਨਾਲ ਅਸੀਂ ਤਕੜੇ ਹੋ ਕੇ ਇਹਨਾਂ ਦੇ ਸਾਹਮਣੇ ਖੜੇ ਹੋ ਕੇ ਸੱਚ ਦੀ ਗੱਲ ਹੀ ਕਰ ਸਕੀਏ, ਡਰੱਗ ਦੀ ਗੱਲ ਹੀ ਕਰੀਏ, ਮੈਂ ਕਹਿੰਦਾ ਬਾਕੀ ਤਾਂ ਛੱਡ ਦਈਏ, ਡਰੱਗ ਦੀ ਗੱਲ ਲੈ ਕੇ ਚੱਲੀਏ ਜਿਹਨਾਂ ਪੰਜਾਬ ਤੋਂ ਬਾਹਰ ਕੀਤਾ, ਮਾਈਗ੍ਰੇਸ਼ਨ ਦੀ ਗੱਲ ਕਰੀਏ, ਜਵਾਨੀ ਜਿਹੜੀ ਜਿਹਦੇ ਨਾਲ ਜਿਹੜੀ ਐਡਾ ਵੱਡਾ ਨੁਕਸਾਨ ਪੰਜਾਬ ਦਾ ਹੋ ਗਿਆ, ਹੋਰ ਜਿਹੜੀਆਂ ਹੈਗੀਆਂ ਜਿਹੜੇ ਕਿਸਾਨੀ ਕਰਜ਼ੇ ਹੈ, ਕਿਉਂ ਇਹ ਜਿਹੜੀਆਂ ਬੈਂਕਾਂ ਜਿਹੜੀਆਂ ਹੈਗੀਆਂ ਇਹ ਕਾਰਪੋਰੇਟ ਦਾ ਜਿਹੜਾ ਲਾਗੂ ਕਰਦੀਆਂ ਹੋਏ ਹੁਕਮ ਸਾਡੇ ਕਿਸਾਨਾਂ ਦੇ ਫਾਹੇ ਲਾਉਣ, ਕਿਉਂ ਅਸੀਂ ਇੱਕ ਮੰਜੇ ਜਿੰਨੀ ਥਾਂ ਜਾਂ ਇੱਕ ਮਰਲਾ ਥਾਂ ਦੇ ਕੇ ਆਪਣੇ ਬੱਚਿਆਂ ਨੂੰ ਨਹੀਂ ਬਚਾ ਸਕਦੇ ਨਸ਼ੇ ਤੋਂ, ਕੀ ਹੱਲ ਹੈ ਸਾਡੇ ਕੋਲ? ਅੱਜ ਇੱਕ ਆਈਸ ਨਾਂ ਦਾ ਨਵਾਂ ਹੁਣ ਆ ਗਿਆ, ਇਹ ਚਿੱਟੇ ਆ ਗਏ, ਇਹਨਾਂ ਵਾਸਤੇ ਤੁਹਾਡੇ ਕੋਲ ਗੋਲੀਆਂ ਤਾਂ ਹੈਗੀਆਂ ਗੌਰਮੈਂਟ ਕੋਲ ਜ਼ਹਿਰ ਦੀਆਂ ਦੇਣ ਵਾਸਤੇ, ਅਤੇ ਕੋਈ ਤੁਹਾਨੂੰ ਇਹ ਨਹੀਂ ਕਹਿ ਸਕਦੇ ਕਿ ਭਾਈ ਥੋੜ੍ਹਾ ਆਪਦਾ ਮੰਜੇ ਜਿਹੀ ਜਗ੍ਹਾ ਪੋਸਤ ਬੀਜ ਕੇ ਬੱਚੇ ਬਚਾ ਲਓ ਆਪਣੇ। ਪਰ ਜਿਹੜੀਆਂ ਜਥੇਬੰਦੀਆਂ ਕੰਮ ਕਰਦੇ ਨੇ ਕਿਸਾਨ ਜਥੇਬੰਦੀਆਂ ਜਾਂ ਹੋਰ ਜਥੇਬੰਦੀਆਂ ਆਈਆਂ, ਉਹ ਤੁਹਾਨੂੰ ਲੱਗਦਾ ਵੀ ਸਹੀ ਹੋਊ? ਨਹੀਂ ਜੀ ਨਹੀਂ, ਮੈਨੂੰ ਤੁਸੀਂ ਨਾ ਬੁਲਾਓ, ਠੀਕ ਹੈ, ਬਹੁਤ ਤਕਲੀਫ ਹੁੰਦੀ ਹੈ ਲੋਕਾਂ ਨੂੰ ਮੇਰੇ ਤੋਂ, ਮੈਂ ਪਿੱਛੇ ਜੇ ਮਹੀਨਾ ਕੁ ਪਹਿਲਾਂ ਇੱਕ ਮੈਨੂੰ ਬੁਲਾ ਬੈਠੇ ਸੀ ਉੱਥੇ ਜਥੇਬੰਦੀਆਂ ਬੈਠੀਆਂ, ਜਥੇਬੰਦੀਆਂ ਦਾ ਜਿਹੜਾ ਭੈੜਾ ਚਿਹਰਾ ਮੈਂ ਸਾਰੀਆਂ ਦਾ ਵੇਖਿਆ, ਮੈਂ ਹੁਣ ਕੱਲਾ ਬਾਈ ਨੇਮ ਨਹੀਂ ਕਹਿੰਦਾ, ਜਿੰਨੀਆਂ ਮਜ਼ਦੂਰ ਜਥੇਬੰਦੀਆਂ, ਜਿੰਨੀਆਂ ਕਿਸਾਨ ਜਥੇਬੰਦੀਆਂ, ਜਿਹੜੀ ਇਹਨਾਂ ਦੀ ਲੀਡਰਸ਼ਿਪ ਹੈਗੀ ਹੈ, ਇਹ ਬਿਲਕੁਲ ਸਿਆਸਤਦਾਨਾਂ ਦੇ ਬਰਾਬਰ ਪੈਰਲਰ ਖੜ ਕੇ ਉਹਨੂੰ ਉਹ ਦੇ ਰਹੀ ਹੈ। ਉਹ ਨਹੀਂ ਜਦੋਂ ਸ਼ਿਕਾਰ ਹੁੰਦਾ ਤਾਂ ਮਤਲਬ ਘੇਰਦੇ ਆ ਕੁੱਤੇ ਜਾਂ ਮਤਲਬ ਜੰਗਲੀ ਜਿਹੜਾ ਕੋਈ ਜਾਨਵਰ ਹੈ ਉਹ ਅਲੱਗ ਅਲੱਗ ਥਾਂ 'ਤੇ ਬੈਠਦੇ, ਉੱਧਰੋਂ ਇੱਧਰੋਂ ਐਂ ਨਿਕਲਦਾ, ਉੱਧਰੋਂ ਅੱਗੋਂ ਦੀ ਕੋਈ ਅਟੈਕ ਕਰਦਾ, ਇਹ ਦੂਜੀ ਧਿਰ ਹੈ, ਇਹ ਜਿੰਨੀ ਹੈ ਲੀਡਰਸ਼ਿਪ ਇੱਧਰ ਦੀ ਕਿਸਾਨੀ ਦੀ, ਹੋਰ ਇੱਧਰ ਕਈ ਤਰ੍ਹਾਂ ਦੀ ਲਾ ਲਓ ਤੁਸੀਂ, ਜਿੰਨੀ ਵੀ ਹੈਗੀ, ਮੈਂ ਕੋਮਨ ਗੱਲ ਕਰ ਰਿਹਾ, ਇਹ ਉਹਨਾਂ ਦਾ ਸ਼ਿਕਾਰ ਕੱਢ ਕੇ ਉਹਨਾਂ ਨੂੰ ਵੇਚਣ ਵੱਟਣ ਦਾ ਕੰਮ ਕਰਦੇ ਅਤੇ ਆਪਦੇ ਧੰਦੇ ਚਲਾਉਂਦੇ, ਬੜਾ ਖਤਰਨਾਕ ਸੱਚ ਹੈ, ਅਤੇ ਇਹ ਸੱਚ ਹੈ। ਪਰ ਇਹ ਤੋਂ ਬਹੁਤ ਸਾਰੇ ਲੋਕ ਜਿਹੜਾ ਕਿਸੇ ਦਾ ਕੁਛ ਫਲਾ ਵੀ ਹੁੰਦਾ ਹੀ ਹੋਊਗਾ,
ਲੀਡਰਾਂ ਦਾ ਹੁੰਦਾ, ਜਿਹੜੇ ਵੀ ਲੀਡਰ ਉਹਨਾਂ ਦਾ ਭਲਾ ਹੁੰਦਾ, ਉਹਨਾਂ ਤਾਂ ਮਜ਼ਦੂਰਾਂ ਦਾ ਇਕੱਠ ਹੁੰਦਾ, ਭੱਠੇ ਵਾਲਿਆਂ ਦੀ ਮਤਲਬ ਹੈਗੀ ਹੈ, ਲੇਬਰ ਹੈ, ਪੱਲੇਦਾਰ ਯੂਨੀਅਨ ਹੈ, ਅਤੇ ਜਿਹੜੇ ਲੀਡਰ ਇਹਨਾਂ ਦੇ ਫਾਰਚੂਨਰਾਂ ਦੇ ਆਉਂਦੇ ਦਿਸਦਾ ਨਹੀਂ, ਠੀਕ ਹੈ। ਕਈ ਲੀਡਰ ਸਿੰਪਲ ਹੋਣ ਦਾ ਵੀ ਢੋਂਗ ਰੱਖਦੇ ਬਥੇਰੇ, ਵੀ ਵੇਖਣ ਨੂੰ ਬਹੁਤ ਸਿੰਪਲ ਲੱਗਦੇ ਆ, ਪਰ ਜਿੰਨਾ ਉਹ ਵੇਚਦੇ ਵਧੀਆ ਤਰੀਕੇ ਨਾਲ, ਠੀਕ ਹੈ, ਉਹ ਤੁਹਾਡੇ ਸਾਹਮਣੇ ਹੀ ਆ, ਚੱਲਦਾ ਰਹਿੰਦਾ ਕੁਛ ਨਾ ਕੁਛ। ਮੈਂ ਉਮੀਦ ਨਹੀਂ ਰੱਖਦਾ ਕਿ ਕੋਈ ਇਸ ਸਿਸਟਮ 'ਚ ਅੱਜ ਆਪਾਂ ਕਹਿ ਸਕੀਏ ਵੀ ਫਲਾਨਾ ਚਿਹਰਾ ਫਲਾਨੀ ਲੀਡਰਸ਼ਿਪ ਦਾ, ਭਾਵੇਂ ਕਿਸਾਨੀ ਦੀ ਹੈ, ਭਾਵੇਂ ਉਹ ਮਜ਼ਦੂਰ ਦੀ ਹੈ, ਭਾਵੇਂ ਕਿਸੇ ਹੋਰ ਛੋਟੇ ਮਤਲਬ ਕੋਈ ਵਪਾਰੀ ਵਰਗ ਦੇ ਲੋਕਾਂ ਦੀ ਹੈ, ਜਿਹਦੇ ਵਿੱਚ ਕੋਈ ਉਹ ਲੋਕ ਬੈਠੇ ਹੋਣ ਜਿਹੜੇ ਮਤਲਬ ਕੋਈ ਲੋਕਾਂ ਦਾ ਭਲਾ ਚਾਹੁੰਦੇ ਹੁਣ, ਆਪਦਾ ਭਲਾ ਚਾਹੁੰਦੇ ਆ, ਅਤੇ ਮਤਲਬ ਉਹਨਾਂ ਨੂੰ ਹੀ ਵੇਚਦੇ ਵੱਟਦੇ, ਉਹਨਾਂ ਤੋਂ ਪੈਸੇ ਵੀ ਇਕੱਠੇ ਕਰਦੇ ਜਥੇਬੰਦੀਆਂ ਦੇ ਨਾਮ 'ਤੇ, ਮਤਲਬ ਕਿਸੇ ਤੋਂ 800 ਰੁਪਇਆ, 1000 ਰੁਪਇਆ ਸਾਲ ਦਾ, ਐਂ ਤਾਂ ਲੋਕ ਇਹ ਲੀਡਰਾਂ ਦੇ ਪੈਸੇ ਇਕੱਠੇ ਕਰਦੇ, ਫਿਰ ਇਕੱਠ ਵਿਖਾ ਕੇ ਇਹਨਾਂ ਨੂੰ ਵੇਚਦੇ ਉੱਥੇ ਜਾ ਕੇ ਦੂਜੀਆਂ ਪਾਰਟੀਆਂ ਕੋਲ। ਪਰ ਉਹਨਾਂ 'ਚੋਂ ਜੇ ਕਿਸੇ ਨੇ ਸੁਣ ਲਿਆ ਤੁਹਾਨੂੰ ਕਹਿਣਗੇ ਸਾਰੇ, ਮੈਂ ਸਾਰਿਆਂ ਵਾਸਤੇ ਕਹਿ ਰਹੇ ਹਾਂ, ਮੈਂ ਸਭ ਵਾਸਤੇ ਕਹਿ ਰਹੇ ਹਾਂ, ਠੀਕ ਹੈ, ਹੋਊਗਾ ਕੋਈ ਚੰਗਾ ਤੁਰਿਆ ਫਿਰੇ, ਠੀਕ ਹੈ, ਮੈਂ ਉਹ ਤੋਂ ਮਾਫ਼ੀ ਮੰਗ ਲੂੰਗਾ ਜੇ ਕੋਈ ਹੋਊਗਾ ਤਾਂ, ਦਿਸਦਾ ਤਾਂ ਹੈ ਨਹੀਂਗਾ, ਪਰ ਜੋ ਦਿਖਾਈ ਦੇ ਰਿਹਾ, ਜੋ ਰਿਜ਼ਲਟ ਤੁਹਾਡੇ ਸਾਹਮਣੇ ਹੈ, ਉਹਦੇ ਮੁਤਾਬਕ ਸਾਰਾ ਕੁਛ ਇਹ ਹੈਗਾ। ਤੋ ਪਬਲਿਕ ਜਿਹੜੀ ਹੈਗੀ ਦੋਨਾਂ ਪਾਸੇ ਸ਼ਿਕਾਰੀਆਂ ਦੇ 'ਚ ਫਸੀ ਹੋਈ ਹੈ, ਜਿਹੜੇ ਰਾਖੇ ਲੱਗਦੇ ਵੇਖਣ ਨੂੰ ਉਹ ਵੀ ਸ਼ਿਕਾਰੀ ਹੈ, ਜਿਹੜੇ ਲੁੱਟਣ ਵਾਲੇ ਲੱਗਦੇ ਉਹ ਤਾਂ ਹੈਗੇ ਹੀ ਦੱਸਦੇ ਹੀ ਹੈ। ਦੱਸੋ, ਬੜਾ ਹੀ ਖਤਰਨਾਕ ਸਮਾਂ ਰਹਿ ਜੀ। ਸਿੱਖੋ ਸਾਹਿਬ, ਤੁਸੀਂ ਸਮਾਂ ਦਿੱਤਾ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ, ਜਿਉਂਦੇ ਵਾਸਤੇ ਰਹੋ, ਮਿਹਰਬਾਨੀ। ਸੋ ਇਹ ਸੀ ਸਾਬਕਾ DSP ਬਲਵਿੰਦਰ ਸਿੰਘ ਸਿੱਖੋਂ, ਅੱਗੇ ਫਿਰ ਹਾਜ਼ਰ ਹੋਵਾਂਗੇ ਕਿਸੇ ਹੋਰ ਸ਼ਖਸੀਅਤ ਦੇ ਨਾਲ। ਹੁਣ ਆਪਣੇ ਦੋਸਤ ਰਤਨਦੀਪ ਸਿੰਘ ਧਾਲੀਵਾਲ ਨੂੰ ਦਿਓ ਇਜਾਜ਼ਤ, ਤੁਸੀਂ ਆਪਣਾ ਸਮਾਂ ਦਿੱਤਾ ਜੀ, ਤੁਹਾਡਾ ਧੰਨਵਾਦ।